प्रोग्राम किसान वाणी सुन रहे सारे किसान वीरां ते किसान भैणां नूं मेरे गुरलीन सिद्धू वल्लों प्यार भरी सत श्री अकाल। किसान वीरों ते भैणों, अज प्रोग्राम किसान वाणी दे विच साडा विशा है खेतीबाड़ी दे विच सहायक धंदियां दा की योगदान है। ते इस विशे दे उत्ते जानकारी देण दे लई साडे नाल स्टूडियो दे विच मौजूद ने डॉक्टर अजीत पाल सिंह धारीवाल। डॉक्टर साहब, प्रोग्राम दे विच स्टूडियो दे विच खास करके पहुंचण ते तुहाडा बहुत बहुत स्वागत है जी। जी, ते किसान वीरों, इस दे नाल तुहानूं दस दईए कि डॉक्टर अजीत पाल सिंह धारीवाल जो कि कृषि विज्ञान केंद्र बठिंडा विखे बतौर डायरेक्टर सेवावां निभा रहे ने, ते अज असीं इन्हां तों जाणांगे कि सहायक धंदे ने जिहड़े इह की ने, किवें साडी खेतीबाड़ी दे विच इक योगदान है या इक अहम भूमिका निभाउंदे ने। डॉक्टर साहब, जेकर सब तों पहलां आपां सहायक धंदियां दी परिभाषा दी गल कर लईए तां सहायक धंदियां तों की भाव है? मैडम बदली, जिवें आपां अज तक टॉपिक चुनिया है जी कि ਸਾਡੇ ਕਿਸਾਨ ਵੀਰਾਂ ਲਈ ਇਹਨਾਂ ਸਹਾਇਕ ਧੰਦਿਆਂ ਦੀ ਕੀ ਯੋਗਦਾਨ ਹੈ ਜਾਂ ਕਿਵੇਂ ਕੋਈ ਸਹਾਇਕ ਧੰਦੇ ਬਾਰੇ ਸੋਚ ਸਕਦਾ, ਜਾਂ ਅੱਜ ਦਾ ਜਿਹੜਾ ਅਜੋਕਾ ਸਮਾਂ ਜਿਹਦੇ ਸਾਡੇ ਖਰਚੇ ਇੰਨੇ ਕੁ ਜ਼ਿਆਦਾ ਵੱਧ ਗਏ ਹੈ ਕਿ ਸਾਡੇ ਰੋਜ਼ਮਰਾ ਦਾ ਜਿਹੜਾ ਗੁਜ਼ਾਰਾ ਹੈ ਉਹ ਕਿਸੇ ਨਾ ਕਿਸੇ ਧੰਦੇ ਤੋਂ ਆਮਦਨ ਦੀ ਪ੍ਰਾਪਤੀ ਵਾਸਤੇ ਕਰਨਾ ਸਾਨੂੰ ਪੈਂਦਾ, ਤਾਂ ਇਸ ਆਮਦਨ ਦੀ ਜਿਹੜੀ ਪ੍ਰਾਪਤੀ ਆ ਉਹ ਸਿਰਫ ਰੋਜ਼ਮਰਾ ਦੇ ਗੁਜ਼ਾਰੇ ਨੂੰ ਚਲਾਉਣ ਵਾਸਤੇ ਨਹੀਂ, ਬਲਕਿ ਤੁਹਾਡੇ ਆਪਦੇ ਆਪ ਨੂੰ ਵੀ ਕੰਮ ਦੇ ਵਿਚ ਨਿਪੁੰਨ ਕਰਨਾ, ਤੁਹਾਡੇ ਸਮੇਂ ਦੀ ਬਿਹਤਰ ਜਿਹੜੀ ਹੈ ਮੈਨੇਜਮੈਂਟ, ਜਾਂ ਵੱਧ ਤੋਂ ਵੱਧ ਤੁਸੀਂ ਉਸ ਸਮੇਂ ਨੂੰ ਕਿਵੇਂ ਜਿਹੜਾ ਹੈਗਾ ਵਰਤੋਂ ਦੇ ਵਿਚ ਲਿਆ ਸਕਦੇ ਆ, ਤੇ ਨਾਲ ਦੀ ਨਾਲ ਉਹਦੇ ਚ ਚੋਖੀ ਆਮਦਨ ਜਿਹੜੀ ਪੈਦਾ ਕਰਨੀ ਹੈ, ਇਹਦੇ ਵਾਸਤੇ ਜਿਹੜੇ ਸਹਾਇਕ ਧੰਦੇ ਆ ਇਹ ਬੜਾ ਵਧੀਆ ਰੋਲ ਜਿਹੜਾ ਉਹ ਅਦਾ ਕਰ ਰਹੇ। ਇਸ ਵਾਸਤੇ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ, ਜਿਹਨੂੰ ਅਸੀਂ ਆਪਦੀ ਭਾਸ਼ਾ ਚ ICR ਵੀ ਕਹਿ ਦਿੰਦੇ ਆ, ਜਾਂ ਸਾਡੇ ਕਿਸਾਨ ਵੀਰ ਹੁਣ ਜਾਣਦੇ ਆ ਜਿਵੇਂ ਪਿਊਸਾ ਇੰਸਟੀਚਿਊਟ ਜਿਹੜਾ ਦਿੱਲੀ ਹੈ ਜਿੱਥੋਂ ਕਿ ਇਹਦੀ ਕਮਾਂਡ ਚੱਲਦੀ ਹੈ, ਕਿਉਂਕਿ ਪਿਛਲੇ ਜਿਹੜੇ ਅੰਦੋਲਨ ਦੇ ਦੌਰਾਨ ਬਹੁਤ ਸਾਰੀਆਂ ਮੀਟਿੰਗਾਂ ਜਿਹੜੀਆਂ ਇਸ ਪਿਊਸਾ ਇੰਸਟੀਚਿਊਟ ਦੇ ਵਿਚ ਹੋਈਆਂ, ਤਾਂ ਇਸ ਦਿੱਲੀ ਤੋਂ ਜਿਹੜਾ ਹੈਗਾ ICR ਦੇ ਰਾਹੀਂ ਇਹ ਕ੍ਰਿਸ਼ੀ ਵਿਗਿਆਨ ਕੇਂਦਰ ਬਣੇ ਆ ਜਿਹੜੇ ਇਸ ਵੇਲੇ 723 KVK ਜਿਹੜੇ ਆ ਸਾਰੇ ਇੰਡੀਆ ਦੇ ਵਿਚ ਡਿਵੈਲਪ ਕਰ ਰਹੇ ਆ, ਜਿਹਦੇ ਚੋਂ 22-23 KVK ਆਪਣੇ ਕੋਲ ਪੰਜਾਬ ਦੇ ਵਿਚ ਵੀ ਉਪਲਬਧ ਹੈ, ਹਰ ਜ਼ਿਲ੍ਹੇ ਦੇ ਵਿਚ ਇਹ ਕ੍ਰਿਸ਼ੀ ਵਿਗਿਆਨ ਕੇਂਦਰ ਹੈ। ਤਾਂ ਇਸ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਹਿਲਾ ਮਨੋਰਥ ਹੀ ਇਹ ਹੈ ਕਿ ਅਸੀਂ ਆਪਣੇ ਕਿਸਾਨ ਵੀਰਾਂ ਨੂੰ, ਮੇਰੀਆਂ ਭੈਣਾਂ ਨੂੰ ਨਿਪੁੰਨ ਕਰਨ ਵਾਸਤੇ ਕੋਈ ਇੱਕ ਤਾਲੁਕੀ ਸਿਖਲਾਈ ਉਹਨੂੰ ਦਈਏ, ਜਿਹਨੂੰ ਅਸੀਂ ਆਪਦੀ ਭਾਸ਼ਾ ਚ ਵੋਕੇਸ਼ਨਲ ਟ੍ਰੇਨਿੰਗ ਵੀ ਕਹਿ ਦਿੰਦੇ ਆ, ਕਿੱਤਾਮੁਖੀ ਸਿਖਲਾਈ ਵੀ ਕਹਿ ਦਿੰਦੇ ਆ, ਜਾਂ ਅੱਜ ਕੱਲ ਜਿਹੜੇ ਨਵੇਂ ਬੱਚੇ ਆ ਉਹ ਨੈਟ ਦੇ ਉੱਤੇ ਜਾਂ ਸਾਈਟ ਦੇ ਉੱਤੇ ਜਾ ਕੇ ਇਹਨੂੰ ਕੋਈ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਦਾ ਨਾਂ ਵੀ ਦੇ ਦਿੰਦਾ, ਕੋਈ ਇਹਨੂੰ ਜਿਹੜਾ ਹੈ ਕੋਈ ਜਿਹੜਾ ਹੈਗਾ ਜਿਵੇਂ FPO ਬਣਾਉਣੇ ਆ ਜਾਂ ਗਰੁੱਪ ਦੇ ਵਿੱਚ ਸ਼ਕਲ ਦੇ ਵਿੱਚ ਜਾਣਾ, ਤਾਂ ਉਹਦੇ ਰਾਹੀਂ ਵੀ ਇਹੋ ਜਿਹੇ ਜਿਹੜੇ ਹੈਗੇ ਬਹੁਤ ਸਾਰੇ ਜਿਹੜੇ ਸਟਾਰਟਅਪ ਹੈ, ਇੰਟਰਪ੍ਰਨਿਓਰਸ ਦਾ ਨਾਂ ਹੈ ਜਾਂ ਸਹਾਇਕ ਧੰਦਿਆਂ ਦਾ ਨਾਂ ਜਾਂ ਕੋਈ ਵੀ ਪਰਿਭਾਸ਼ਾ ਦਿੱਤੀ ਜਾ ਸਕਦੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਬਣਾ ਕੇ ਦੇਖਦੇ ਹਾਂ ਤਾਂ ਉਹ ਸਾਰੀ ਇੱਕ ਸਹਾਇਕ ਧੰਦੇ ਦੀ ਜਿਹੜੀ ਡੈਫੀਨੇਸ਼ਨ ਉਹਦੇ ਅੰਡਰ ਆ ਜਾਂਦੀ ਹੈ ਕਿ ਕੋਈ ਵੀ ਕਿੱਤਾ ਜਿਹੜਾ ਅਸੀਂ ਖੇਤੀਬਾੜੀ ਦੇ ਨਾਲ ਕਰਨਾ, ਜਿਹੜਾ ਕਿ ਖੇਤੀਬਾੜੀ ਦੇ ਨਾਲ ਸਪਲੀਮੈਂਟ ਹੋਵੇ, ਖੇਤੀਬਾੜੀ ਦੇ ਨਾਲ ਕੰਪੀਟੈਂਟ ਨਾ ਹੋਵੇ ਬਲਕਿ ਉਹਨੂੰ ਸਪਲੀਮੈਂਟ ਕਰੇ, ਕੋਈ ਉਹਦੀਆਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਖੇਤੀਬਾੜੀ ਦੀਆਂ ਉਪਜਾਂ ਤੇ ਸਹਿ ਉਪਜਾਂ ਉਹ ਸਹਾਇਕ ਧੰਦੇ ਦੇ ਵਿਚ ਆਉਣ, ਤੇ ਸਹਾਇਕ ਧੰਦੇ ਦੀਆਂ ਜਿਹੜੀਆਂ ਉਪਜਾਂ ਤੇ ਸਹਿ ਉਪਜਾਂ ਹੈਗੀਆਂ ਉਹ ਖੇਤੀਬਾੜੀ ਚ ਵਰਤੇ। ਤਾਂ ਇਸ ਤਰੀਕੇ ਦੇ ਨਾਲ ਕਿਉਂਕਿ ਜਿਹੜੀ ਅੱਜ ਦੀ ਆਪਣੀ ਗੱਲਬਾਤ ਹੈ ਚੱਲਣੀ ਹੈ ਇੱਕ ਘੰਟਾ, ਤਾਂ ਉਹਦੇ ਵਿਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾਤਰ ਜਿਹੜੇ ਕਿਉਂਕਿ ਮੇਰਾ ਜਿਹੜਾ ਬੇਸਿਕ ਡਿਸਿਪਲਿਨ ਆ ਉਹ ਐਨੀਮਲ ਸਾਇੰਸ ਹੈ, ਤੇ ਅੱਜ ਆਪਾਂ ਜਿਹੜੇ ਸਹਾਇਕ ਧੰਦੇ ਤੇ ਖਾਸ ਕਰਕੇ ਜਿਹੜੇ ਐਨੀਮਲ ਸਾਇੰਸ ਨਾਲ ਸੰਬੰਧਿਤ ਸਹਾਇਕ ਧੰਦੇ ਆ, ਪਸ਼ੂਆਂ ਦੇ ਨਾਲ ਸੰਬੰਧਿਤ ਹੈ, ਮੁਰਗੀਆਂ ਦੇ ਨਾਲ ਸੰਬੰਧਿਤ ਹੈ, ਕੋਈ ਬੱਕਰੀਆਂ ਦੇ ਨਾਲ ਸੰਬੰਧਿਤ ਹੈ, ਜਾਂ ਸੂਰਾਂ ਦੇ ਨਾਲ ਸੰਬੰਧਿਤ ਹੈ, ਜਾਂ ਹੋਰ ਕੋਈ ਜਿਹੜੇ ਸਾਡੇ ਕਿਸਾਨ ਵੀ ਕੋਈ ਵੀ ਧੰਦੇ ਬਾਰੇ ਸੋਚਣ ਕਈ ਵਾਰੀ ਆ ਜਾਂਦੇ ਜੇ ਤਾਂ ਵਟੇਰੇ ਰੱਖਣੇ ਆ ਜੀ, ਕੋਈ ਗੱਲਾਂ ਦੇ ਮੈਂ ਵੱਧਕਾਂ ਰੱਖੀਆਂ ਜੀ, ਤਾਂ ਇਹ ਸਾਰਿਆਂ ਵਾਸਤੇ ਇਸ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਚ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ, ਜਿਹੜਾ ਕਿ ਬਠਿੰਡਾ ਜਿਹੜਾ ਸਭ ਤੋਂ ਪੁਰਾਣਾ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਤਾਂ ਇਸ ਦੇ ਵਿਚ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਭ ਤੋਂ ਵੱਧ ਕਿੱਤਾਮੁਖੀ ਸਿਖਲਾਈ ਕੋਰਸ ਪੰਜਾਬ ਦੇ ਵਿਚੋਂ ਅਸੀਂ ਬਠਿੰਡਾ ਦੇ ਵਿਚ ਚਲਾਉਂਦੇ ਹਾਂ, ਤਾਂ ਸਾਰੇ ਕਿਸਾਨ ਵੀਰ ਅੱਜ ਦੀ ਟਾਕ ਨੂੰ ਧਿਆਨ ਨਾਲ ਸੁਣਨਗੇ, ਤੇ ਮੈਡਮ ਗੁਰਲੀਨ ਸਿੱਧੂ ਦੀ ਜਿਹੜੀ ਅੱਡ ਅੱਡ ਜਿਹੜੇ ਟੋਪਿਕਾਂ ਦੇ ਉੱਤੇ ਜਿਹੜੀ ਗੱਲਬਾਤ ਹੋਊਗੀ ਉਹਦਾ ਜਿਹੜਾ ਭਰਪੂਰ ਫਾਇਦਾ ਜਿਹੜਾ ਜ਼ਰੂਰ ਆਊ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਉਮੀਦ ਕਰਦੇ ਆ ਕਿਸਾਨ ਵੀਰ ਇਸ ਗੱਲਬਾਤ ਨੂੰ ਪੂਰੇ ਹੀ ਧਿਆਨ ਦੇ ਨਾਲ ਸੁਣਨਗੇ, ਤੇ ਜੇਕਰ ਉਹਨਾਂ ਦੇ ਕੋਈ ਵੀ ਸਵਾਲ ਹੈ ਤਾਂ ਸਟੂਡੀਓ ਦਾ ਨੰਬਰ 0164-2442-4341 ਡਾਇਲ ਕਰਕੇ ਡਾਕਟਰ ਸਾਹਿਬ ਤੋਂ ਆਪਣੇ ਸਵਾਲਾਂ ਦੇ ਜਵਾਬ ਜਾਣ ਸਕਦੇ ਆ। ਡਾਕਟਰ ਸਾਹਿਬ, ਅਸੀਂ ਬੜੇ ਵਧੀਆ ਢੰਗ ਦੇ ਨਾਲ ਸਾਡੇ ਕਿਸਾਨ ਵੀਰਾਂ ਨੂੰ ਸਹਾਇਕ ਕਿੱਤਿਆਂ ਦੀ ਪਰਿਭਾਸ਼ਾ ਦੇ ਨਾਲ ਜਾਣ ਕਰਵਾਇਆ। ਬੇਸ਼ੱਕ ਆਪਸੀ ਆਦਾਨ ਪ੍ਰਦਾਨ ਹੈ, ਭਾਵੇਂ ਉਹ ਖੇਤੀਬਾੜੀ ਦੇ ਨਾਲ ਜੁੜੇ ਹੋਏ ਧੰਦਿਆਂ ਦਾ ਹੀ ਕਿਉਂ ਨਾ ਹੋਵੇ, ਜਿਵੇਂ ਕਿ ਤੁਸੀਂ ਖਾਸ ਕਰਕੇ ਗੱਲ ਕੀਤੀ
कि पशु पालन दे नाल जुड़े हुए या मुर्गी पालन दे नाल जुड़े हुए या हर तरह के जिहड़े ये किते ने जिन्हां दी भी जिहड़ी सिखलाई है वह खेतरी कोच केंद्र बठिंडा विखे दित्ती जांदी हैगी उन्हां दे संबंध विच असीं गलबात है जिहड़ी अज करांगे। पर उस तो पहला एक वड्डा सवाल जिहड़ा किसान वीरां दे वल्लों आउंदा है कि जदों भी उन्होंने सहायक धंधे की चोण करनी है तो वह इसकी चोण किवें करन। मैडम सिद्धू ए सब तो पहला सवाल क्योंकि जो असि किसी भी मैनेजमेंट के बंदे किसी एमबीए बंद सीए को गल करते हैं तो कुछ एक पेट फार्मूले या मैनेजमेंट के कुछ बेसिक फार्मूले आ जिसे सब तो पहला तो कहते जेडे एरिए काम कर जा रहे हैं तुम ओ सर्वे करो क्योंकि सपोज करो भी आप बठिंडे कोई काम कर जा रहे हैं तो सब तो पहला तो यह देखा जाए कि बठिंडे कहोजे किते जेडे चल रहे हैं क्योंकि जे आप आम लोगों तो हटके कोई काम करना चाहांगे तो सब तो वड्डी समस्या की आउंदी है कि जेड़ा साडा प्रोडक्ट तैयार हुंदा कई बार उहदी प्रॉपर मार्केट सानूं जिहड़ी आ अवेलेबल नहीं हुंदी। इहदी मैं छोटी जिही तुहानूं एग्जाम्पल देवां तां अज तो कोई 7-8 साल 10 साल पहला साडे किसान वीरां दे दिमाग च आ गया कि असीं जी जिहड़े खरगोश आ रखणे ते खरगोश जिहड़ा रख्या जांदा उह दो परपज वास्ते रख्या जांदा इक उन वास्ते इक मीट वास्ते ब्रीडा लिया गई उन्न आलिया लै आंदियां गई उन्न की जिहड़ी मार्केटिंग सी नेड़े तो नेड़े कुल्लू हुंदी सी जदों पंजाब दा प्रोडक्ट एकदम ग्लट दे विच कुल्लू जाके डिग्गिया तां उहने सारी कुल्लू की मार्केट नूं प्रभावित करता ते एकदम जदों रेट इन्ना कडाउन आ गया कि साडे जदों खर्चे भी पूरे ना होए तां उह जिहड़ा प्रोजेक्ट सीगा खरगोशां दी मैनेजमेंट वाला जां खरगोश पालन दा जिहड़ा धंधा सी उह साल दे विच ही आपदे आप नूं माइंड ऑफ करके रख गया तां असीं सब तों पहला तां सर्वे करना है कि ਸਾਡੇ ਏਰੀਏ ਦੇ ਵਿੱਚ ਜਾਂ ਸਪੋਜ ਕਰੋ ਜੇ ਆਪਾਂ ਬਠਿੰਡਾ ਜਾਂ ਬਠਿੰਡੇ ਦੇ ਨੇੜੇ ਤੇੜੇ ਬੈਠੇ ਹਾਂ ਜਾਂ ਮਾਨਸਾ ਏਰੀਆ ਆ ਗਿਆ ਕੁਛ ਤਾਂ ਇਸ ਏਰੀਏ ਦੇ ਵਿੱਚ ਕਿਹੋ ਜਿਹੀਆਂ ਚੀਜ਼ਾਂ ਦੀ ਡਿਮਾਂਡ ਸਾਡਾ ਉਪਭੋਗੀ ਸਾਡੇ ਤੋਂ ਮੰਗ ਰਿਹਾ। ਉਦਾਹਰਣ ਦੇ ਤੌਰ ਤੇ ਜਿਵੇਂ ਜੇ ਦੁੱਧ ਦੀ ਡਿਮਾਂਡ ਹੈ ਤਾਂ ਨੈਚੁਰਲੀ ਆ ਕਿ ਸਾਨੂੰ ਡੇਅਰੀ ਵਾਲੇ ਪਾਸੇ ਨੂੰ ਤੁਰਨਾ ਪਊਗਾ ਜਿਹੜਾ ਕਿ ਇੱਕ ਸੈਕਟਰ ਹੈ। ਜੇ ਉਸ ਏਰੀਏ ਦੇ ਵਿੱਚ ਕੋਈ ਆਂਡੇ ਜਾਂ ਮੀਟ ਦੀ ਡਿਮਾਂਡ ਨਿਕਲ ਰਹੀ ਹੈ ਤਾਂ ਸਾਨੂੰ ਨੈਚੁਰਲੀ ਆ ਕਿ ਚਾਹੇ ਕਮਰਸ਼ੀਅਲ ਪੋਲਟਰੀ ਦੇ ਵਿੱਚ ਜਾਈਏ ਚਾਹੇ ਬੈਕਯਾਰਡ ਪੋਲਟਰੀ ਦੇ ਵਿੱਚ। ਜੇ ਸਾਡੇ ਕੋਲੇ ਸਮਰੱਥਾ ਘੱਟ ਹੈ ਤਾਂ ਅਸੀਂ ਬੈਕਯਾਰਡ ਪੋਲਟਰੀ ਤੋਂ ਸਟਾਰਟ ਲੈ ਸਕਦੇ ਥੋੜੇ ਜਾਨਵਰਾਂ ਦੇ ਨਾਲ ਘਰੇਲੂ ਪੱਧਰ ਦੇ ਉੱਤੇ ਘਰ ਦੇ ਪਿਛਵਾੜੇ ਦੇ ਵਿੱਚ ਬੈਕਯਾਰਡ ਪੋਲਟਰੀ ਰੱਖੀ ਜਾ ਸਕਦੀ। ਇਸੇ ਤਰੀਕੇ ਨਾਲ ਕਈ ਏਰੀਏ ਦੇ ਵਿੱਚ ਕੋਈ ਰੈੱਡ ਮੀਟ ਦਾ ਜਾਂ ਮਟਨ ਦੀ ਕੋਈ ਡਿਮਾਂਡ ਆ ਜਾਂਦੀ ਹੈ ਤਾਂ ਉੱਥੇ ਅਸੀਂ ਜਿਹੜੇ ਬੱਕਰੇ ਬੱਕਰੀਆਂ ਜਿਹੜੀ ਹੈਗੀ ਆ ਉਹਨਾਂ ਬਾਰੇ ਜਿਹੜਾ ਸੋਚਿਆ ਜਾ ਸਕਦਾ। ਇਸੇ ਤਰੀਕੇ ਨਾਲ ਕਈ ਏਰੀਏ ਦੇ ਵਿੱਚ ਜਿਵੇਂ ਕੰਟੋਨਮੈਂਟ ਦਾ ਏਰੀਆ ਆ ਜਾਂਦਾ ਉੱਥੇ ਕਿਤੇ ਪੋਰਕ ਦੀ ਡਿਮਾਂਡ ਨਿਕਲਦੀ ਆ ਤਾਂ ਅਸੀਂ ਉੱਥੇ ਪਿਗਰੀ ਬਾਰੇ ਜਿਹੜਾ ਹੈਗਾ ਜਾਂ ਸੂਰਾਂ ਬਾਰੇ ਜਿਹੜਾ ਹੈਗਾ ਥੋੜਾ ਮੋਟਾ ਉਹਦਾ ਜਿਹੜਾ ਵਿਚਾਰ ਆ ਉਹ ਕਰ ਸਕਦੇ ਜੀ। ਜਿਹੜੇ ਦੀ ਕਹਿਣ ਤੋਂ ਭਾਵ ਕਿ ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਨੇ ਜਦੋਂ ਵੀ ਆਪਣੇ ਸਹਾਇਕ ਧੰਦੇ ਦੀ ਚੋਣ ਕਰਨੀ ਹੈ ਤਾਂ ਆਪਣੇ ਆਲੇ ਦੁਆਲੇ ਚੱਲ ਰਹੇ ਕਿੱਤਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਇਸ ਦੀ ਚੋਣ ਕਰ। ਉਸ ਤੋਂ ਅਗਲੀ ਗੱਲ ਆ ਜਾਂਦੀ ਹੈ ਜੀ ਜਦੋਂ ਅਸੀਂ ਇਹ ਮਨ ਬਣਾ ਲਿਆ ਕਿ ਇਸ ਲੋਕੈਲਿਟੀ ਦੇ ਵਿੱਚ ਆਹ ਕਿੱਤੇ ਦੀ ਜਿਹੜੀ ਡਿਮਾਂਡ ਆ ਜਾਂ ਆਹ ਪ੍ਰੋਡਕਟ ਦੀ ਡਿਮਾਂਡ ਜਿਹੜੀ ਆ ਬੜੀ ਵਧੀਆ ਚੱਲ ਰਹੀ ਜੀ। ਉਸ ਤੋਂ ਅਗਲਾ ਪਹਿਲੂ ਆ ਜਾਂਦਾ ਫਿਰ ਅਸੀਂ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚੋਂ ਇਹਦੀ ਟ੍ਰੇਨਿੰਗ ਹਾਸਲ ਕਰ। ਇਹ ਟ੍ਰੇਨਿੰਗ ਜਿਹੜੀ ਇੱਕ ਬੇਸਿਕ ਟ੍ਰੇਨਿੰਗ ਹੁੰਦੀ ਹੈ ਜਿਹਦੇ ਵਿੱਚ ਅਸੀਂ 10-12-15 ਦਿਨ ਦੇ ਵਿੱਚ ਕਿੱਤੇ ਦੇ ਹਿਸਾਬ ਦੇ ਨਾਲ ਏ ਤੋਂ ਜੈਡ ਤੱਕ ਉਹਨੂੰ ਥਿਊਰੀ ਤੇ ਪ੍ਰੈਕਟੀਕਲ। ਥਿਊਰੀ ਦਾ ਮਤਲਬ ਹੈ ਵੀ ਕਲਾਸਾਂ ਦੇ ਵਿੱਚ ਉਹਨੂੰ ਸਾਰਾ ਕੁਛ ਪੜ੍ਹਾਉਣ ਦੀ ਅਸੀਂ ਕੋਸ਼ਿਸ਼ ਕਰਦੇ। ਪ੍ਰੈਕਟੀਕਲ ਦਾ ਮਤਲਬ ਹੈ ਕਿ ਸਾਡੇ ਕੋਲੇ ਜਿਹੜੀ ਵੀ ਟ੍ਰੇਨਿੰਗ ਤੁਹਾਨੂੰ ਸੁਣੀ ਹੈ ਉਸ ਦਾ ਇੱਕ ਡੈਮੋ ਯੂਨਿਟ ਹੈ, ਪ੍ਰਦਰਸ਼ਨੀ ਯੂਨਿਟ ਹੈ। ਉਸ ਦੇ ਵਿੱਚ ਜੋ ਚੀਜ਼ ਅਸੀਂ ਤੁਹਾਨੂੰ ਕਲਾਸ ਚ ਦੱਸੀ ਹੈ ਉਹਨੂੰ ਪ੍ਰੈਕਟੀਕਲੀ ਕਰਕੇ ਦਿਖਾਉਂਦੇ। ਉਹਦਾ ਮਤਲਬ ਹੈ ਜਿਹੜਾ ਹੈ ਲਰਨਿੰਗ ਬਾਈ ਡੂਇੰਗ, ਕੰਮ ਕਰੋ ਤੇ ਸਿੱਖੋ। ਜਦੋਂ ਆਦਮੀ ਕੋਈ ਵੀ ਕੰਮ ਨੂੰ ਆਪਦੇ ਹੱਥੀ ਇੱਕ ਵਾਰੀ ਕਰਕੇ ਦੇਖ ਲੈਂਦਾ ਤਾਂ ਉਹ ਕਿਤਾਬੀ ਗਿਆਨ ਨਾਲੋਂ ਥੋੜਾ ਜਿਹਾ ਆਮ ਲੋਕਾਂ ਤੋਂ ਅੱਗੇ ਨਿਕਲ ਜਾਂਦਾ। ਉਸ ਤੋਂ ਬਾਅਦ ਅਗਲਾ ਪਹਿਲੂ ਆ ਜਾਂਦਾ ਜਿਹੜਾ ਕਿ ਮੈਂ ਅਕਸਰ ਟ੍ਰੇਨਿੰਗਾਂ ਦੇ ਵਿੱਚ ਦੱਸਦਾ ਕਿ ਸਾਨੂੰ ਫਿਰ ਜਿਹੜੇ ਕਾਮਯਾਬ ਬੰਦੇ ਆ ਉਹਨਾਂ ਦਾ ਸਰਵੇ ਕਰਨਾ ਚਾਹੀਦਾ। ਜੇ ਸਪੋਜ ਕਰੋ ਅਸੀਂ ਡੇਅਰੀ ਦੀ ਲਾਈਨ ਚ ਵੜਨ ਲੱਗੇ ਹਾਂ ਤਾਂ ਡੇਅਰੀ ਦੇ ਇਸ ਏਰੀਏ ਦੇ ਜਿਵੇਂ ਬਠਿੰਡੇ ਦੇ ਵਿੱਚ 50-60 ਸਾਡੇ ਕੋਲੇ ਕਮਰਸ਼ੀਅਲ ਫਾਰਮ ਚੱਲ ਰਹੇ, ਤੁਹਾਡੇ ਏਰੀਏ ਦੇ ਵਿੱਚ ਜਿਹੜੇ 5-7-10 ਚੰਗੇ ਫਾਰਮਰ ਹੈ ਉਹਨਾਂ ਨੂੰ ਤੁਸੀਂ ਵਿਜਿਟ ਕਰੋ, ਦੇਖੋ ਕਿ ਉਹਨਾਂ ਨੇ ਕਿਵੇਂ ਕੰਮ ਨੂੰ ਸ਼ੁਰੂਆਤ ਕੀਤੀ, ਅੱਜ ਉਹਨਾਂ ਦਾ ਕੀ ਲੈਵਲ ਹੈ, ਕਿੰਨੀ ਕੁ ਪ੍ਰੋਡਕਸ਼ਨ ਹੈ, ਕਿੰਨਾ ਕੁ ਉਹਦੇ ਚ ਮੁਨਾਫਾ। ਉਹਦੇ ਨਾਲ ਨਾਲ ਫਿਰ ਇੱਕ ਦੋ ਜਿਹੜੇ ਬੰਦਿਆਂ ਨੇ ਕੰਮ ਕਰਕੇ ਛੱਡਿਆ ਉਹਨਾਂ ਨੂੰ ਵੀ ਜ਼ਰੂਰ ਮਿਲੋ, ਕਿਉਂਕਿ ਕਦੇ ਵੀ ਇਕੱਲੇ ਕਾਮਯਾਬ ਬੰਦੇ ਤੋਂ ਤੁਸੀਂ ਪੂਰੀ ਆਪਦੀ ਯੋਗਤਾ ਪ੍ਰਾਪਤ ਨਹੀਂ ਕਰ ਸਕਦੇ। ਕਈ ਵਾਰੀ ਜਿਹੜਾ ਬੰਦਾ ਫੇਲ ਹੋਇਆ ਉਹ ਵੀ ਆਪਦੇ ਕਾਰਨ ਦੱਸਦਾ ਕਿ ਜੇ ਮੈਂ ਫੇਲ ਹੋਇਆ ਤਾਂ ਮੇਰੇ ਫੇਲ ਹੋਣ ਦੇ ਆਹ ਕਾਰਨ ਸੀਗੇ, ਕਿਉਂਕਿ ਜੇ ਅਸੀਂ ਉਹਨਾਂ ਕਾਰਨਾਂ ਨੂੰ ਪਹਿਲਾਂ ਹੀ ਮੱਦੇਨਜ਼ਰ ਰੱਖ ਲਾਂਗੇ ਤਾਂ ਅਸੀਂ
ਬਾਖੂਬੀ ਇਸ ਕਿੱਤੇ ਦੇ ਵਿੱਚ ਕਾਮਯਾਬ ਵੱਧ ਹੋ ਸਕੋ ਜੀ। ਉਹਦੇ ਨਾਲ ਨਾਲ ਤੁਸੀਂ ਫਿਰ ਜਿਹੜਾ ਹੈ ਇਹਦੇ ਪ੍ਰੋਡਕਟ ਦਾ ਐਨਾਲਿਸਿਸ, ਇਹਦੇ ਨਾਲ ਨਾਲ ਇਹਦੀ ਮਾਰਕੀਟਿੰਗ ਦਾ ਐਨਾਲਿਸਿਸ ਜਿਹੜਾ ਉਹ ਸਰਵੇ ਕਰਦੇ ਰਹੋ, ਤੇ ਇਹਦੇ ਨਾਲ ਨਾਲ ਤੁਸੀਂ ਲਾਈਨ ਚ ਖੜੇ ਹੋ ਜਾਂਦੇ ਹੋ। ਕਿਹੜਾ ਛੋਟੇ ਲੈਵਲ ਤੋਂ ਹਰੇਕ ਧੰਦੇ ਨੂੰ ਕਰਨ ਦੀ ਕੋਸ਼ਿਸ਼ ਕਰੋ। ਇਹ ਨਾ ਦੇਖੋ ਕਿ ਕਿਸੇ ਦੇ ਡੇਰੀ ਫਾਰਮ ਜਾ ਵੜੇ ਦੇਖ ਲਿਆ ਇਹਦੇ ਕੋਲ ਸੌ ਸਵਾ ਸੌ ਗਾਂ ਖੜੀ ਹੈ, ਤੇ ਮੈਂ ਵੀ ਜਿੰਨਾ ਚਿਰ ਸੌ ਗਾਂ ਨੀ ਹੋਣੀ ਉਹਨਾਂ ਚਿਰ ਕੰਮ ਹੀ ਨਹੀਂ ਕਰਦਾ। ਤੇਰਾ ਘਰੇ ਜੇ ਦੋ ਤਿੰਨ ਪਸ਼ੂ ਹੈਗੇ ਆ, ਇੱਕ ਦੋ ਪਸ਼ੂ ਹੋਰ ਖਰੀਦੋ, ਪੰਜ ਸੱਤ ਪਸ਼ੂਆਂ ਤੋਂ ਸ਼ੁਰੂ ਕਰੋ। ਹੁਣ ਡੇਰੀ ਦੀ ਕਮਰਸ਼ੀਅਲ ਲਾਈਨ 10 ਪਸ਼ੂ, 10 ਪਸ਼ੂ ਤੁਹਾਡੇ ਕੋਲ ਜਦੋਂ ਹੋਗੇ 4-5 ਜੀਆਂ ਦਾ ਰੋਜ਼ਮਰਾ ਦਾ ਗੁਜ਼ਾਰਾ ਜਿਹੜਾ ਡੇਰੀ ਤੋਂ ਵਧੀਆ ਚੱਲਣ ਲੱਗ ਜਾਂਦਾ, ਫਿਰ ਹੌਲੀ ਹੌਲੀ ਜਾਨਵਰਾਂ ਨੇ ਸੂਈ ਜਾਣਾ, ਤੁਹਾਡੇ ਪਸ਼ੂ ਦੀ ਗਿਣਤੀ ਆਟੋਮੈਟਿਕਲੀ ਵੱਧਦੀ ਚਲੀ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਸਰਵੇਖਣ ਦੇ ਨਾਲ ਨਾਲ ਟ੍ਰੇਨਿੰਗ ਦਾ ਲੈਣਾ ਕਾਮਯਾਬ ਤੇ ਉਹਨਾਂ ਵਿਅਕਤੀਆਂ ਨੂੰ ਜ਼ਰੂਰ ਮਿਲਣਾ ਜਿਨ੍ਹਾਂ ਨੇ ਉਸ ਕੰਮ ਤੋਂ ਕਿਤੇ ਨਾ ਕਿਤੇ ਜਿਹੜਾ ਪੈਰ ਪਛਾਣ ਜ਼ਰੂਰ ਪੁੱਟਿਆ ਹੋਵੇ, ਕਿਉਂਕਿ ਸਫਲ ਤੇ ਅਸਫਲ ਦੋਨਾਂ ਹੀ ਵਿਅਕਤੀਆਂ ਤੋਂ ਅਸੀਂ ਕੁਝ ਨਾ ਕੁਝ ਜ਼ਰੂਰ ਸਿੱਖ ਸਕਦੇ ਹਾਂ। ਪਰ ਜਿਵੇਂ ਕਿ ਅਸੀਂ ਸ਼ੁਰੂਆਤੀ ਸਮੇਂ ਦੇ ਵਿੱਚ ਗੱਲ ਕੀਤੀ ਕਿ ਖੇਤੀਬਾੜੀ ਦੇ ਨਾਲ ਜੁੜੇ ਹੋਇਆ ਜਿਹੜਾ ਧੰਦਾ ਉਹਨੂੰ ਅਸੀਂ ਸਹਾਇਕ ਧੰਦਾ ਕਹਿੰਦੇ ਹਾਂ, ਤਾਂ ਖੇਤੀਬਾੜੀ ਦੇ ਨਾਲ ਇਹ ਧੰਦੇ ਕਿਵੇਂ ਜੁੜਦੇ ਨੇ? ਇਹਦੇ ਚ ਮੈਡਮ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ, ਕਿਉਂਕਿ 70-75% ਸਾਡੀ ਜਿਹੜੀ ਪਾਪੂਲੇਸ਼ਨ ਆ ਉਹ ਖੇਤੀਬਾੜੀ ਦੇ ਉੱਤੇ ਸੰਬੰਧਿਤ ਹੈ, ਜਾਂ ਇਹ ਕਹਿ ਲਓ ਕਿ ਪੰਜਾਬ ਦੀ ਜਿਹੜੀ ਵੱਧ ਤੋਂ ਵੱਧ ਜਿਹੜੀ ਜਨਸੰਖਿਆ ਜਿਹੜੇ ਕਿ ਖਾਸ ਕਰਕੇ ਪਿੰਡਾਂ ਦੇ ਵਿੱਚ ਰਹਿੰਦੇ ਆ, ਉਹਨਾਂ ਦਾ ਜਿਹੜਾ ਜੀਵਨ ਦਾ ਨਿਰਵਾਹ ਉਹ ਕੱਲੀ ਖੇਤੀਬਾੜੀ ਦੇ ਉੱਤੇ ਖੜਾ। ਪਰ ਜਿਵੇਂ ਜਿਵੇਂ ਸਾਡੀਆਂ ਜਿਹੜੀਆਂ ਜੋਤਾਂ ਉਹਨਾਂ ਦਾ ਸੁੰਗੜਨਾ, ਜ਼ਮੀਨਾਂ ਦਾ ਘਟਣਾ, ਪਰਿਵਾਰਾਂ ਦੇ ਵਿੱਚ ਅੱਗੇ ਦੀ ਅੱਗੇ ਫਲਾਹ ਹੋਣਾ, ਸਾਡੇ ਖਰਚਿਆਂ ਦਾ ਵਧਣਾ, ਰੋਜ਼ਮਰਾ ਦੇ ਕੰਪੀਟੀਸ਼ਨ ਦੇ ਵਿੱਚ ਸਾਡੀ ਸਰਵਾਈਵਲ, ਸਾਡੇ ਬੱਚਿਆਂ ਲਈ ਵੀ ਉਹ ਸਹੂਲਤਾਂ ਜਿਹੜੇ ਕਿ ਸ਼ਹਿਰ ਚ ਬੈਠੇ ਲੋਕ ਲੈ ਰਹੇ ਆ, ਜਦੋਂ ਅਸੀਂ ਇਹਨਾਂ ਸਾਰੇ ਪੱਖਾਂ ਨੂੰ ਸਾਹਮਣੇ ਰੱਖਦੇ ਹਾਂ ਤਾਂ ਸਾਨੂੰ ਜਿਹੜੇ 1.5-2 ਕਿੱਲੇ ਜ਼ਮੀਨ ਹੈ ਜਾਂ 2-2.5 ਕਿੱਲੇ ਤੋਂ ਘੱਟ ਘੱਟ ਜ਼ਮੀਨ ਵਾਲਾ ਫਾਰਮਰ ਹੈ, ਜੇ ਉਹ ਆਖੇ ਕਿ ਕੱਲੀ ਖੇਤੀਬਾੜੀ ਦੇ ਨਾਲ ਸਾਰਾ ਨਿਰਵਾਹ ਉਹਦਾ ਬਹੁਤ ਵਧੀਆ ਹੋ ਜਾਊਗਾ, ਉਹ ਅੱਜ ਦੇ ਸਮੇਂ ਦੇ ਵਿੱਚ ਬਹੁਤ ਔਖਾ ਕੰਮ ਜੀ। ਤਾਂ ਉਹਦੇ ਵਿੱਚ ਅਸੀਂ ਕੋਈ ਇਹੋ ਜਿਹਾ ਧੰਦਾ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਕਿ ਉਹਦੀ ਖੇਤੀਬਾੜੀ ਦੇ ਨਾਲ ਫਿੱਟ ਬੈਠ ਸਕੇ, ਕਿਉਂਕਿ ਸਹਾਇਕ ਧੰਦੇ ਦਾ ਮਤਲਬ ਹੈ ਕਿ ਜਿਹੜੇ ਸਮੇਂ ਦੇ ਵਿੱਚ ਤੁਸੀਂ ਥੋੜੇ ਜਿਹੇ ਫਰੀ ਹੈ, ਤੁਸੀਂ ਉਸ ਸਮੇਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਕਿੱਤਾ ਕਰ ਲਓ ਜਿਹਦੇ ਨਾਲ ਤੁਹਾਡੀ ਆਮਦਨ ਦਾ ਵੀ ਵਾਧਾ ਹੋ ਜੇ ਤੇ ਨਾਲ ਦੀ ਨਾਲ ਤੁਹਾਡਾ ਜਿਹੜਾ ਵਿਹਲਪਣਾ ਵਾਲਾ ਸਮਾਂ ਹੈਗਾ ਉਹ ਜੁਟ ਲਏ। ਜਿਵੇਂ ਇਹਦੇ ਚ ਆਪਾਂ ਛੋਟੀ ਜਿਹੀ ਆਧਾਰ ਲੈ ਕੇ ਚੱਲਦੇ ਹਾਂ, ਜਿਵੇਂ ਆਪਾਂ ਡੇਰੀ ਦੀ ਗੱਲ ਕਰ ਲਓ, ਡੇਰੀ ਦੇ ਵਿੱਚ ਜੇ ਤੁਸੀਂ ਡੇਰੀ ਫਾਰਮਿੰਗ ਦਾ ਕੰਮ ਕਰਨਾ ਸ਼ੁਰੂ ਕਰਦੇ ਹਾਂ, ਤੁਹਾਡੇ ਨਾਲ ਤੁਹਾਡੇ ਕੋਲ ਥੋੜੀ ਜਿਹੀ ਜ਼ਮੀਨ ਵੀ ਹੈ, ਤੁਸੀਂ ਨਾਲ ਖੇਤੀਬਾੜੀ ਵੀ ਕਰ ਰਹੇ ਹੋ, ਤਾਂ ਕੀ ਹੈ ਕਿ ਜਿਹੜਾ ਡੇਰੀ ਦਾ ਹੁਣ ਆਪਾਂ ਕੰਮਾਂ ਦੀ ਜੇ ਵਿਅਤਬੰਦੀ ਕਰਕੇ ਦੇਖੀਏ ਤਾਂ ਡੇਰੀ ਦੇ ਵਿੱਚ ਜਿਹੜੇ 2 ਮੇਜਰ ਕੰਮ ਹੈ ਜਿਹੜੇ ਕਰੰਟ ਦੇ ਵਿੱਚ ਆਉਂਦੇ ਆ, ਜੇ ਆਪਾਂ ਹਰ ਰੋਜ਼ ਦੇ ਕੰਮਾਂ ਨੂੰ ਵਿਚਾਰਧੀਨ ਲਈਏ ਜਾਂ ਆਧਾਰ ਦੇ ਤੌਰ ਤੇ ਮੇਰੇ ਅੱਜ ਡੇਰੀ ਫਾਰਮ ਬਾਰੇ ਜੇ ਤੁਸੀਂ ਮੇਰੇ ਤੋਂ ਪੁੱਛੋ ਕਿ ਜਿਹੜਾ KVK ਦੇ ਵਿੱਚ ਡੇਰੀ ਫਾਰਮ ਹੈ ਉਹਦੇ ਵਿੱਚ ਅੱਜ ਦੇ ਮੇਨ ਕੰਮ ਕੀ ਸੀ, ਤਾਂ ਉਹਦੇ ਵਿੱਚ ਮੇਨ ਕੰਮ ਕੀ ਹੈ? ਸਭ ਤੋਂ ਪਹਿਲਾਂ ਤਾਂ ਮਿਲਕਿੰਗ ਦਾ ਕੰਮ ਹੈ, ਸੁਬਹ ਤੇ ਸ਼ਾਮ ਦੀਆਂ ਧਾਰ। ਦੂਜਾ ਮੇਨ ਕੰਮ ਕੀ ਹੈ? ਫੀਡਿੰਗ ਦਾ, ਜਿਹਦੇ ਵਿੱਚ ਸਾਡਾ ਕੰਸਨਟ੍ਰੇਟ ਵੀ ਹੈ, ਜਿਹਦੇ ਚ ਸਾਡਾ ਹਰਾ ਵੀ ਹੈ ਜਿਹਨੂੰ ਅਸੀਂ ਫੋਡਰ ਕਹਿ ਦਿੰਦੇ ਹਾਂ ਜਾਂ ਹਰਾ ਚਾਰਾ ਕਹਿ ਦਿੰਦੇ ਹਾਂ। ਤੀਜਾ ਸਾਡੇ ਕੋਲ ਇਨਗਰੀਡੀਐਂਟ ਹੈ ਤੂੜੀ ਜਿਹਨੂੰ ਡਰਾਈ ਮੈਟਰ ਦਾ ਨਾਮ ਦਿੰਦੇ ਹਾਂ। ਤਾਂ ਇਹ ਜਿਹੜੀ ਫੀਡਿੰਗ ਹੈ ਉਹ ਵੀ 2 ਟਾਈਮ ਦੀ ਹੈ, ਸੁਬਹ ਤੇ ਸ਼ਾਮ ਦੀ। ਜਿਹੜੇ ਹਾਈ ਯੀਲਡ ਆ ਉਹਨਾਂ ਦੇ ਵਿੱਚ ਕਈ ਵਾਰੀ ਅਸੀਂ 3 ਵਾਰ ਵੀ ਫੀਡਿੰਗ ਕਰ ਦਿੰਦੇ ਹਾਂ। ਤਾਂ ਜਿਹੜਾ ਕਿਸਾਨ ਵੀਰ ਹੁਣ ਥੋੜੀ ਜ਼ਮੀਨ ਦੇ ਵਿੱਚ ਹੈ ਨਾਲ ਡੇਰੀ ਦਾ ਜਿਹਨੂੰ ਚਲਾ ਰਿਹਾ, ਤਾਂ ਉਹ ਕੀ ਕਰੂਗਾ? ਸੁਬਹਾ ਦੇ ਟਾਈਮ ਅਰਲੀ ਧਾਰਾਂ ਕੱਢ ਕੇ ਫੀਡਿੰਗ ਦਾ ਕੰਮ ਕਰਕੇ ਸੁਬਹਾ 6-7 ਵਜੇ ਤੱਕ 8 ਵਜੇ ਦੇ ਤੱਕ ਡੇਰੀ ਦੇ ਕੰਮ ਤੋਂ ਕਾਫੀ ਆਪਦੇ 80-70% ਕੰਮ ਕਰਕੇ ਆਪਦੇ ਆਪ ਨੂੰ ਫ੍ਰੀ ਕਰ ਸਕਦਾ ਜੀ, ਤੇ ਦਿਨ ਦੇ ਟਾਈਮ ਦੇ ਵਿੱਚ ਉਹ ਆਪਦਾ ਸਮਾਂ ਜਿਹੜਾ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਯੂਟੀਲਾਈਜ਼ ਕਰ ਸਕਦਾ ਜੀ, ਤੇ ਸ਼ਾਮ ਦੇ ਟਾਈਮ ਦੇ ਵਿੱਚ ਫਿਰ ਜਦੋਂ ਮਿਲਕਿੰਗ ਦਾ ਟਾਈਮ ਆਉਣਾ ਉਹਨੇ ਜਦੋਂ ਖੇਤੀਬਾੜੀ ਦੇ ਕੰਮ ਜਿਹੜੇ ਉਹ ਖਤਮ ਹੋ ਜਾਂਦੇ ਆ, ਤੇ ਉਹੀ ਸਮੇਂ ਦੀ ਵਰਤੋਂ ਕਰਦੇ ਹੋਏ ਸ਼ਾਮ ਨੂੰ ਅਸੀਂ ਧਾਰਾਂ ਤੇ ਉਹੀ ਫੀਡਿੰਗ ਦਾ ਕੰਮ ਕਰਕੇ ਉਹਨਾਂ ਹੀ ਜਾਨਵਰਾਂ ਤੋਂ ਉਹਨੇ ਸਮੇਂ ਦੇ ਵਿੱਚ ਹੀ ਦੁੱਧ ਵੀ ਪੈਦਾ ਕਰਵਾ ਲਿਆ, ਤੇ ਨਾਲ ਦੀ ਨਾਲ ਜਿਹੜੀ ਸਾਡੇ ਕੋਲ ਜ਼ਮੀਨ ਹੈ ਉਹਦੇ ਜੋ ਕਣਕ ਝੋਨਾ ਕਣਕ ਨਰਮ ਹੈ ਜਾਂ ਕੋਈ ਸਬਜ਼ੀਆਂ ਦਾ ਕੰਮ ਕਰਦਾ ਜਾਂ ਕੋਈ ਫਲਾਂ ਦਾ ਕੰਮ ਕਰਦਾ ਜਾਂ ਕੋਈ ਬਾਗਬਾਨੀ ਦਾ ਕੰਮ ਕਰਦਾ ਉਹ ਨਾਲ ਦੀ ਨਾਲ ਐਡੀਸ਼ਨਲ ਹੋਈ ਹੈ। ਇਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਦੋਨੇ ਧੰਦੇ ਆਪਸ ਵਿੱਚ ਸਪਲੀਮੈਂਟ ਕਰ ਰਹੇ ਆ ਕਿ ਉਹਦੇ ਸਮੇਂ ਨੂੰ ਅਸੀਂ ਉੱਧਰ ਯੂਟੀਲਾਈਜ਼ ਕਰ ਰਹੇ ਹਾਂ ਤੇ ਨਾਲ ਦੀ ਨਾਲ ਜਿਹੜੀ ਹੁਣ ਆਪਾਂ ਛੋਟੀ ਉਦਾਹਰਨ ਲਈ ਤੂੜੀ, ਤੂੜੀ ਨੇ ਕਿੱਥੋਂ ਆਉਣਾ? ਖੇਤਾਂ ਚੋਂ ਆਉਣਾ। ਇਸ ਕਰਕੇ ਜੇ ਉਹਨੇ ਕਣਕ ਬੀਜੀ ਆ, ਕਣਕ ਜਦੋਂ ਵੱਢਣੀ ਆ, ਹੁਣ ਦੇਖੋ ਆਪਣੀ ਕਣਕ ਤਿਆਰ ਹੁੰਦੀ ਜਾਂਦੀ ਆ, ਅਪ੍ਰੈਲ ਦੇ ਵਿੱਚ ਆਪਣੀ ਵਾਢੀ ਸ਼ੁਰੂ ਹੋ ਜਾਣੀ, ਜਦੋਂ ਵਾਢੀ ਹੋਗੀ ਉਸ ਤੋਂ ਬਾਅਦ ਜਿਹੜਾ ਨਾੜ ਖੜਾ ਰਹਿ ਗਿਆ ਉਹ ਤੋਂ ਅਸੀਂ ਤੂੜੀ ਬਣਾ ਲੈਣੀ। ਇੱਕ ਸਾਡਾ ਜਿਹੜਾ ਬਾਈ ਪ੍ਰੋਡਕਟ ਆ ਖੇਤ ਦਾ ਉਹ ਤੂੜੀ ਸਾਡੀ 5-6 ਕਿਲੋ ਇੱਕ ਪਸ਼ੂ ਨੇ ਇੱਕ ਦਿਨ ਚ ਤੂੜੀ ਖਾਣੀ, 365 ਦੇਣਾ ਉਹਨਾਂ ਨਾਲ ਗੁਣਾ ਕਰ ਲਓ, ਜਿੰਨੇ ਪਸ਼ੂ ਉਹਨਾਂ ਨਾਲ ਗੁਣਾ ਕਰ ਲਓ, ਇੰਨੀ ਤੁਹਾਨੂੰ ਤੂੜੀ ਚਾਹੀਦੀ ਹੈ। ਜਦੋਂ ਤੁਸੀਂ ਤੂੜੀ ਬਣਾ ਕੇ ਰੱਖ ਲਈ ਤੁਹਾਡਾ ਇੱਕ ਮਸਲਾ ਹੱਲ ਹੋ ਗਿਆ।
दूसरी गल हरे चारे की, हरा चारा भी थोड़े खेतों च पैदा होना, जेड़े जिड़िया पॉकटा थोड़िया वेकट हो जाए, जिथे जिथे थोड़े को स्पेस मिलता है उत्थे तुसी हरा चारा बीज भी सकते हैं। ये वादू हरा चारा ओदा हे जसा इने च बना के जदों नूं इंपीरियड आउंदा यूटिलाइज कर। जी डॉक्टर जिवें कि तुसी दस्या कि खेतीबाड़ी दे नाल किवें वधिया ढंग दे नाल जिहड़े किसान वीर ने उस सहायक धंधे तों अपना मुनाफा लै सकदे ने, इस दे नाल ही किसान वीरां नूं इह वी दस देना चाहुंदी आ कि सहायक धंधिआं दे संबंध विच जे उहनां दा कोई भी सवाल है तो स्टूडियो दा नंबर 0164-242-3131 डायल करके साडे नाल संपर्क जिहड़ा ओह कायम कर सकदे ने ते डॉक्टर साहब तों अपने बण दे सवालां दे जवाब लै सकदे ने। इस दे नाल ही किसान वीरो तुहानूं इक वार फिर दस दईए कि अज प्रोग्राम किसान बाणी दे विच साडा गल्लबात दा विशा है खेतीबाड़ी ਦੇ ਵਿੱਚ ਸਹਾਇਕ ਧੰਦਿਆਂ ਦਾ ਯੋਗਦਾਨ। ਇਸ ਵਿਸ਼ੇ ਦੇ ਉੱਤੇ ਸਾਨੂੰ ਜਾਣਕਾਰੀ ਦੇ ਰਹੇ ਨੇ ਡਾਕਟਰ ਅਜੀਤਪਾਲ ਸਿੰਘ ਧਾਲੀਵਾਲ, ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਡਾਇਰੈਕਟਰ। ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਗੱਲ ਕੀਤੀ ਕਿ ਖੇਤੀਬਾੜੀ ਦੇ ਨਾਲ ਅਸੀਂ ਸਹਾਇਕ ਧੰਦਿਆਂ ਨੂੰ ਕਿਵੇਂ ਜੋੜਿਆ, ਬਹੁਤੇ ਕਿਸਾਨ ਵੀਰ ਹੈ ਜਿਹੜੇ ਉਹ ਸਹਾਇਕ ਧੰਦੇ ਸ਼ੁਰੂ ਤਾਂ ਕਰ ਲੈਂਦੇ ਆ ਪਰ ਜਿਹੜਾ ਮੁਨਾਫਾ ਹੈ ਉਹ ਉਹਨਾਂ ਨਹੀਂ ਲੈ ਸਕਦੇ ਜਿੰਨਾ ਕਿ ਉਹ ਲੈਣਾ ਚਾਹੁੰਦੇ ਨੇ, ਤਾਂ ਕੀ ਇਹੋ ਜਿਹੇ ਡੂੰਘੇ ਰਾਜ ਨੇ ਇਸ ਗੱਲ ਦੇ ਵਿੱਚ? ਮੈਡਮ, ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਕੀਤੀ ਕਿ ਇਹ ਜਿਹੜੇ ਕੇਵੀਕੇ ਬਣੇ ਇਸ ਕੰਮ ਵਾਸਤੇ ਸੀ ਕਿ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ, ਕਿਉਂਕਿ ਜਦੋਂ ਬੰਦਾ ਅਧੂਰੀ ਜਾਣਕਾਰੀ ਦੇ ਨਾਲ ਕੋਈ ਕੰਮ ਕਰਦਾ ਤਾਂ ਇੱਕ ਵਾਰ ਜਦੋਂ ਕੋਈ ਲੋਸ ਪੈ ਜਾਂਦਾ ਤਾਂ ਉਹ ਬੰਦਾ ਮੁੜ ਕੇ ਖੜਾ ਨਹੀਂ ਹੋ ਸਕਦਾ, ਜਾਂ ਜਿੰਨੀ ਕੁ ਉਹਦੇ ਕੋਲ ਪੂੰਜੀ ਹੁੰਦੀ ਹੈ ਉਹ ਪੂੰਜੀ ਖਰਾਬ ਹੋ ਜਾਂਦੀ ਹੈ ਤੇ ਖਰਾਬ ਹੋਣ ਤੋਂ ਬਾਅਦ ਉਹਦਾ ਮੁੜ ਕੇ ਦਿਲ ਹੀ ਨਹੀਂ ਪੈਂਦਾ ਕਿ ਉਹ ਕੋਈ ਕੰਮ ਕਰ ਸਕੇ। ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਮੁੱਢਲਾ ਸਿਧਾਂਤ ਆ ਉਹ ਇਹੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਟ੍ਰੇਨਿੰਗ ਵਾਸਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਨਾਲ ਜੁੜੋ। ਉਸ ਤੋਂ ਬਾਅਦ ਜਿਵੇਂ ਆਪਾਂ ਟਾਕ ਦੇ ਵਿੱਚ ਵੀ ਗੱਲ ਕਰਨੀ ਸੀ ਕਿ ਕੱਲ ਨੂੰ ਕਿਸਾਨ ਮੇਲਾ ਬਠਿੰਡੇ ਦਾ, ਤਾਂ ਜਿਹੜੇ ਇਹੋ ਜਿਹੇ ਮੇਲੇ ਆ ਜਾਂ ਇਹੋ ਜਿਹੇ ਮੇਲੇ ਦੇ ਵਿੱਚ ਸਾਡੇ ਜਿਹੜੇ ਸੈਲਫ ਹੈਲਪ ਗਰੁੱਪ ਆ ਜਾਂ ਸਾਡੇ ਜਿਹੜੇ ਐਫਪੀਓਜ਼ ਆ, ਫਾਰਮ ਪ੍ਰੋਡਕਟ ਆਰਗਨਾਈਜੇਸ਼ਨ ਆ ਜਾਂ ਐਫਪੀਸੀਜ਼ ਆ, ਫਾਰਮ ਜਿਹੜੇ ਪ੍ਰੋਡਕਟ ਸਾਡੀਆਂ ਕਾਰਪੋਰੇਸ਼ਨ ਬਣੀ ਆ, ਉਹ ਆਪਦੇ ਆਪਦੇ ਸਟਾਲ ਲਾਉਂਦੇ। ਤੁਸੀਂ ਕੋਸ਼ਿਸ਼ ਕਰੋ ਕਿ ਇਹੋ ਜਿਹੇ ਮੇਲੇ ਕਦੇ ਵੀ ਖੁੰਝਣ ਨਾ ਦਿਓ, ਭਾਵੇਂ ਉਹ ਬਠਿੰਡੇ ਦੇ ਵਿੱਚ ਆ, ਭਾਵੇਂ ਲੁਧਿਆਣੇ ਦੇ ਵਿੱਚ ਆ, ਭਾਵੇਂ ਆਪਣੇ ਨੇੜੇ ਦੇ ਹਿਸਾਰ ਲੱਗਦਾ, ਕਰਨਾਲ ਲੱਗਦਾ, ਤਾਂ ਉੱਥੇ ਸਾਨੂੰ ਸਭ ਤਰ੍ਹਾਂ ਦੇ ਕਾਮਯਾਬ ਬੰਦੇ ਦੀਆਂ ਸਟਾਲਾਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ। ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਬੰਦਾ ਕੋਈ ਪ੍ਰੋਡਕਟ ਤਿਆਰ ਕਰ ਲੈਂਦਾ ਤਾਂ ਉਸ ਤੋਂ ਅਗਲਾ ਉਹਦਾ ਪਹਿਲੂ ਹੁੰਦਾ ਵੈਲਿਊ ਐਡੀਸ਼ਨ ਦਾ। ਹੁਣ ਉਦਾਹਰਨ ਦੇ ਤੌਰ ਤੇ ਜੇ ਉਹਨੇ ਡੇਅਰੀ ਦਾ ਕੰਮ ਕਰ ਲਿਆ, ਡੇਅਰੀ ਚ ਦੁੱਧ ਪੈਦਾ ਹੋ ਗਿਆ, ਦੁੱਧ ਉਹਨੇ ਸਭ ਤੋਂ ਪਹਿਲਾਂ ਜਾਂ ਤਾਂ ਜਿਹੜੇ ਸਾਡੇ ਸਟ੍ਰੀਮ ਲਾਈਨਡ ਪ੍ਰੋਗਰਾਮ ਉਹਦੇ ਵਿੱਚ ਕਿਤੇ ਸੇਲ ਕਰ ਸਕਦਾ, ਜਿਹਦੇ ਚ ਵੇਰਕਾ ਨੈਸਲੇ ਆ, ਕਿਸੇ ਵੀ ਪਲਾਂਟ ਨੂੰ ਆਪਦਾ ਜਿਹੜਾ ਪ੍ਰੋਡਕਟ ਆ ਉਹਦੇ ਸਭ। ਸੈਕੰਡ, ਉਹਦੇ ਕੋਲ ਅਪਰਚੁਨਿਟੀ ਆ ਨੇੜੇ ਤੇੜੇ ਦੇ ਕਸਬੇ ਆ ਜਿੱਥੇ ਉਹ ਆਪਦੀ ਰਿਟੇਲ ਜਿਹੜੀ ਆ ਖੁਦ ਆਪ ਕਰ ਸਕਦਾ, ਜਿਹਦੇ ਚ ਬਹੁਤ ਸਾਰੇ ਫਾਰਮਰ ਜੁੜੇ ਹੋਏ ਆ, ਉਹ ਸ਼ਹਿਰ ਦੇ ਵਿੱਚ ਦੁੱਧ ਲੈ ਆਉਂਦੇ ਆ। ਹੁਣ ਸ਼ਹਿਰ ਦਾ ਅੱਜ ਦਾ ਦੁੱਧ ਰੇਟ ਜਿਹੜਾ ਗਾਂ ਦਾ 30-35 ਰੁਪਏ ਤੋਂ ਲੈ ਕੇ 40-45 ਰੁਪਏ ਤੱਕ ਹੈਗਾ, ਮੱਝ ਦਾ ਦੁੱਧ ਅੱਜ 50-55 ਰੁਪਏ ਤੋਂ ਲੈ ਕੇ 65-70 ਰੁਪਏ ਤੱਕ ਹੈ, ਤਾਂ ਤੁਸੀਂ ਆਪਦੀ ਮਾਰਕੀਟਿੰਗ ਕਰਕੇ ਆਪਦਾ ਜਿਹੜਾ ਮੁਨਾਫਾ ਆਉਂਦਾ ਉਹਦਾ ਵਾਧਾ ਕਰ ਸਕਦੇ। ਉਸ ਤੋਂ ਬਾਅਦ ਆ ਜਾਂਦੀ ਵੈਲਿਊ ਐਡੀਸ਼ਨ, ਜਿਹਨੂੰ ਅਸੀਂ ਪ੍ਰੋਸੈਸਿੰਗ ਵੀ ਕਰ ਸਕਦੇ ਹਾਂ, ਵੈਲਿਊ ਐਡੀਸ਼ਨ ਵੀ ਕਰ ਸਕਦੇ। ਹੁਣ ਜੇ ਆਪਾਂ ਦੁੱਧ ਦੇ ਵਿੱਚ ਹੀ ਅੱਗੇ ਚੱਲਦੇ ਹਾਂ ਤਾਂ ਦੁੱਧ ਦੀ ਪ੍ਰੋਸੈਸਿੰਗ ਜਦੋਂ ਹੁੰਦੀ ਆ, ਸਭ ਤੋਂ ਪਹਿਲਾਂ ਤਾਂ ਥੋੜਾ ਜਿਹਾ ਜਾਗ ਲੱਗਣ ਦੇ ਨਾਲ ਦੁੱਧ ਤੋਂ ਦਹੀਂ ਬਣ ਜਾਂਦਾ, ਮੱਖਣ ਬਣ ਜਾਂਦਾ ਜੀ, ਘਿਓ ਬਣ ਜਾਂਦਾ, ਖੋਆ ਬਣ ਜਾਂਦਾ, ਬਹੁਤ ਸਾਰੀਆਂ ਮਠਿਆਈਆਂ ਬਣ ਜਾਂਦੀਆਂ। ਤਾਂ ਜਦੋਂ ਸਾਡੇ ਫਾਰਮਰ ਇਸ ਲਾਈਨ ਦੇ ਵਿੱਚ ਜੁੜ ਜਾਂਦੇ ਆ, ਉਸ ਤੋਂ ਬਾਅਦ ਉਹ ਥੋੜਾ ਥੋੜਾ ਜਦੋਂ ਸਰਪਲਸ ਦੁੱਧ ਆਉਂਦਾ ਉਹ ਤੋਂ ਆਪਦੇ ਜਿਹੜੇ ਪ੍ਰੋਡਕਟ ਆ ਉਹ ਤਿਆਰ ਕਰਨੇ ਸ਼ੁਰੂ ਕਰ ਦਿੰਦੇ। ਇਹ ਪ੍ਰੋਡਕਟਾਂ ਦੀ ਜਦੋਂ ਮਾਰਕੀਟ ਹੁੰਦੀ ਆ ਤਾਂ ਉਹਦੇ ਨਾਲ ਜਿਹੜਾ ਮੁਨਾਫਾ ਉਹ ਹੋਰ ਵੱਧ ਵਿਕਾਸ ਵਾਲੇ ਪਾਸੇ ਲੈ ਜਾਂਦਾ। ਇਸ ਕਰਕੇ ਕਾਮਯਾਬੀ ਵਾਸਤੇ ਸਭ ਤੋਂ ਪਹਿਲਾਂ ਤਾਂ ਨੁਕਤਾ ਹੈਗਾ ਜੀ ਸਾਡੇ ਟ੍ਰੇਨਿੰਗ ਪ੍ਰੋਗਰਾਮ, ਦੂਸਰਾ ਹੈਗਾ ਜੀ ਸਾਡੀਆਂ ਐਗਜੀਬਿਸ਼ਨਾਂ, ਮੇਲੇ, ਸਾਡੇ ਕੈਂਪ ਜਾਂ ਫੀਲਡ ਡੇ, ਜਿਨ੍ਹਾਂ ਦੇ ਵਿੱਚ ਸਾਰੀ ਐਗਰੀਕਲਚਰ ਡਿਪਾਰਟਮੈਂਟ, ਐਗਰੀਕਲਚਰ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਸਾਰੇ ਰਲ ਮਿਲ ਕੇ ਇਹੋ ਜਿਹੇ ਪ੍ਰੋਗਰਾਮ ਕਰਦੇ, ਉਹਨਾਂ ਦੇ ਵਿੱਚ ਸ਼ਮੂਲੀਅਤ। ਤੀਸਰੀ ਗੱਲ ਹੈ ਕਾਮਯਾਬ ਫਾਰਮਾਂ ਦੀ ਵਿਜਿਟ, ਜਿਹਨੂੰ ਅਸੀਂ ਆਪਦੀ ਭਾਸ਼ਾ ਚ ਐਕਸਪੋਰਲ ਵਿਜਿਟ ਕਹਿੰਦੇ ਨੇ, ਜਿਹੜੇ ਸਾਡੇ ਟ੍ਰੇਨੀ ਆ ਉਹਨਾਂ ਦੀ ਵੱਖ ਵੱਖ ਕਾਮਯਾਬ ਯੂਨਿਟਾਂ ਦੇ ਵਿੱਚ ਜਿਹੜੇ ਹੈਗੀ ਆ ਆਪਦੀ ਵਿਜਿਟ ਕਰਨਾ, ਆਪਦਾ ਦੌਰਾ ਕਰਨਾ, ਤਾਂ ਜੋ ਕਿ ਕਾਮਯਾਬ ਬੰਦਿਆਂ ਤੋਂ ਸਾਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਕਾਮਯਾਬੀ ਦਾ ਅਸਲ ਰਾਜ ਕੀ ਸੀ। ਉਹਦੇ ਵਿੱਚ ਕੀ ਹੈ, ਜਦੋਂ ਤੁਸੀਂ ਕਾਮਯਾਬ ਬੰਦੇ ਕੋਲ 10 ਮਿੰਟ ਵੀ ਬੈਠੋਗੇ, ਉਹ 10 ਸਾਲ ਦੀ ਪੜਚੋਲ 10 ਮਿੰਟ ਦੇ ਵਿੱਚ ਵੀ ਆਪਦੀ ਬਲੇ ਬਿਆਨ ਕਰਕੇ ਦੱਸ ਸਕਦਾ ਕਿ ਜੇ ਮੈਂ ਕਾਮਯਾਬ ਹੋਇਆ ਤਾਂ ਆਹ ਕਾਰਨ ਕਰਕੇ ਹੋਇਆ, ਜੇ ਮੈਂ ਫੇਲ ਹੋਇਆ ਤਾਂ ਮੇਰੀ ਫੇਲ ਹੋਣ ਦਾ ਆਹ ਕਾਰਨ। ਹੁਣ ਪਿੱਛੇ ਜੇ ਇੱਕ ਫਾਰਮਰ ਕੋਲੇ ਗਿਆ, ਉਹਦੇ ਕੋਲੇ ਜਿਸ ਤੋਂ ਮੈਂ ਅੱਜ ਤੋਂ 15-20 ਸਾਲ ਪਹਿਲਾਂ ਗਿਆ ਸੀ, ਸਾਰੇ ਦਾ ਸਾਰੇ ਐਨੀਮਲ ਉਹਦੇ ਕੋਲੇ ਬੈਫਲੋ ਸੀ, ਮੱਝਾਂ ਸੀ। ਜਦੋਂ ਮੈਂ ਹੁਣ ਉਹਦੇ ਕੋਲੇ ਵਿਜਿਟ ਕੀਤਾ
ਤਾਂ ਸਾਰੀਆਂ ਬੈਫਲੋ ਜਿਹੜੀਆਂ ਸੀਗੀਆਂ ਉਹ ਕ੍ਰੋਸ ਬਰਿਡ ਕਾਓ ਦੇ ਨਾਲ ਰਿਪਲੇਸ ਹੋ ਗਈਆਂ। ਕਿਉਂ ਹੋ ਗਈਆਂ? ਕਿ ਬੈਫਲੋ ਦਾ ਜਿਹੜਾ ਦੁੱਧ ਦਾ ਉਤਪਾਦਨ ਸੀ, ਗਾੜੇ ਦੁੱਧ ਦਾ ਉਤਪਾਦਨ ਸੀ, 7.5% ਫੈਟ ਦੇ ਦੁੱਧ ਦਾ ਉਤਪਾਦਨ ਸੀ, ਉਹਦੀ ਮਾਰਕੀਟ ਉਸ ਸਮੇਂ ਚ ਬਹੁਤ ਵਧੀਆ ਚੱਲ ਰਹੀ ਸੀ। ਪਰ ਜਿਹੜੀ ਲੋਕੈਲਿਟੀ ਚ ਉਹ ਬੈਠਾ ਸੀ, ਉਸ ਲੋਕੈਲਿਟੀ ਦੇ ਵਿੱਚ ਨੇੜੇ ਸ਼ਹਿਰ ਪੈਂਦਾ ਹੋਣ ਕਰਕੇ ਜਿਹੜਾ ਦੁੱਧ ਦੀ ਹੁਣ ਡਿਮਾਂਡ ਆ ਗਈ ਉਹ ਪਤਲੇ ਦੁੱਧ ਦੀ ਡਿਮਾਂਡ ਆ। ਪਤਲੇ ਦੁੱਧ ਦਾ ਮਤਲਬ ਆ ਕਿ ਗਾਂ ਦਾ ਦੁੱਧ, ਕ੍ਰੋਸ ਬਰਿਡ ਕਾਓ ਦਾ ਦੁੱਧ, ਜਾਂ ਹੋਸਟੀਅਨ ਫਰੀਜ਼ਰ ਦੇ ਜਿਹੜੇ ਸਾਡੇ ਕੋਲ ਕ੍ਰੋਸਿਸ ਪਏ ਆ, ਕਾਲੇ ਚਿੱਟੇ ਰੰਗ ਦੀਆਂ ਗਾਵਾਂ ਹੈਗੀਆਂ, ਇਹਨਾਂ ਦਾ ਦੁੱਧ ਜਿਹਦੇ ਕਿ 2.5-3% ਫੈਟ। ਤਾਂ ਜਦੋਂ ਉਹਨੇ ਉਸ ਪਾਲੇ ਪਾਸੇ ਨੂੰ ਆਪਦੀ ਸਟੱਡੀ ਸ਼ੁਰੂ ਕੀਤੀ ਤਾਂ ਉਹਨੇ ਹੌਲੀ ਹੌਲੀ ਜਿਹੜੀਆਂ ਮੱਝਾਂ ਉਹਨਾਂ ਨੂੰ ਗਾਵਾਂ ਦੇ ਨਾਲ ਰਿਪਲੇਸ ਕਰਨਾ ਸ਼ੁਰੂ ਕਰਤਾ, ਤੇ ਅੱਜ ਉਹਦੇ ਕੋਲ ਜਿਹੜਾ ਫੁੱਲ ਸਟਾਕ ਹੈ ਉਹ ਗਾਵਾਂ ਦੇ ਨਾਲ ਰਿਪਲੇਸ ਹੋ ਗਿਆ। ਇਸੇ ਤਰੀਕੇ ਨਾਲ ਹੀ ਜਦੋਂ ਆਪਾਂ ਆਂਡੇ ਜਾਂ ਮੀਟ ਦਾ ਕੰਪੈਰੀਜ਼ਨ ਕਰਾਂਗੇ, ਹੁਣ ਬਹੁਤ ਸਾਰੀਆਂ ਪੌਕਟਾਂ ਜਿੱਥੇ ਸਾਡੇ ਕੋਲੇ ਬ੍ਰੈਨਰ ਦੀ ਪ੍ਰੋਡਕਸ਼ਨ ਹੁੰਦੀ ਹੈ, ਜਿਵੇਂ ਹੁਣ ਮੈਂ ਮੇਲੇ ਤੋਂ ਆਉਣ ਤੋਂ ਪਹਿਲਾਂ ਮੇਰੇ ਕੋਲ ਤੋਂਗਾਲੀ ਤੋਂ ਫਾਰਮਰ ਆਏ ਹੋਏ ਸੀ, ਤਾਂ ਤੋਂਗਾਲੀ ਜਦੋਂ ਅਸੀਂ ਅੱਜ ਤੋਂ 10-15 ਸਾਲ ਪਹਿਲਾਂ ਅਪਰਪਾਲ ਦਾ ਪਹਿਲਾ ਫਾਰਮ ਖੁਲਾਇਆ ਸੀ ਤਾਂ ਤਕਰੀਬਨ ਉੱਥੇ 2,000-2,500 ਵਾਟ ਦਾ ਇੱਕ ਫਾਰਮ ਸੀ, ਤਾਂ ਅੱਜ ਦੇ ਦਿਨ ਦੇ ਵਿੱਚ ਕੱਲੇ ਤੋਂਗਾਲੀ ਪਿੰਡ ਦੇ ਵਿੱਚ 1,00,000 ਤੋਂ ਵੱਧ ਜਿਹੜਾ ਬ੍ਰੈਨਰ ਹੋ ਗਿਆ, ਘੱਟੋ ਘੱਟ ਸਾਡੇ ਕੋਲ 20-25 ਫਾਰਮਰ ਉੱਥੇ ਤਿਆਰ ਹੋ ਗਏ। ਉੱਥੇ ਫਿਰ ਸਾਡੇ ਕੋਲ ਕੰਟਰੈਕਟ ਫਾਰਮਿੰਗ ਦੇ ਜਿਹੜੇ ਹੈਗੇ ਆ ਯੂਨਿਟ ਆ ਉਹ ਬਣਨੇ ਸ਼ੁਰੂ ਹੋ ਗਏ, ਪ੍ਰਾਈਵੇਟ ਕੰਪਨੀਆਂ ਆਉਣ ਲੱਗ ਗਈਆਂ, ਉਹਦੇ ਨਾਲ ਜਿਹੜਾ ਬ੍ਰੈਨਰ ਲਗਾਤਾਰ ਉਹਦੀ ਹੱਬ ਬਣ ਗਈ ਹੈ। ਇਸੇ ਤਰੀਕੇ ਨਾਲ ਜਦੋਂ ਅਸੀਂ ਅੰਡਿਆਈ ਵਾਲੇ ਏਰੀਏ ਚ ਜਾਂਦੇ ਹਾਂ ਤਾਂ ਉੱਥੇ ਆਂਡੇ ਦਾ ਜਿਹੜਾ ਹੈਗਾ ਪ੍ਰੋਡਕਸ਼ਨ ਆਉਂਦੀ ਹੈ, ਕਿਉਂਕਿ ਮਾਰਕੀਟਿੰਗ ਦੀ ਹੱਬ ਜਿਹੜੀ ਹੈ ਆਂਡੇ ਦੀ ਉਹ ਬਰਨਾਲਾ, ਉੱਥੋਂ ਜਿਹੜਾ ਡੇਲੀ ਆਂਡੇ ਦੀ ਜਿਹੜੀ ਟਰਾਂਸਪੋਰਟੇਸ਼ਨ ਹੈ ਜਾਂ ਮਾਰਕੀਟਿੰਗ ਹੈ ਉਹ ਦਿੱਲੀ ਨੂੰ ਜਿਹੜੀ ਹੈ ਬਰਨਾਲੇ ਤੋਂ ਹੋ ਰਹੀ। ਇਸ ਤਰੀਕੇ ਨਾਲ ਅਸੀਂ ਉਹਨਾਂ ਪੌਕਟਾਂ ਨੂੰ ਆਈਡੈਂਟੀਫਾਈ ਕਰਕੇ ਆਪ ਉਸ ਧੰਦੇ ਦੇ ਵਿੱਚ ਵਿਚਰਦੇ ਹੋਏ ਉਸ ਤੇ ਮੁਨਾਫੇ ਨੂੰ ਵਧਾਉਣ ਵਾਸਤੇ ਆਪਦੇ ਆਪ ਨੂੰ ਕਾਮਯਾਬ ਕਰ ਸਕਦੇ। ਇਹ ਤਾਂ ਹੀ ਹੋਊਗਾ ਜੇ ਸਾਡੇ ਅੰਦਰ ਸੰਕਲਪ ਹੋਊਗਾ ਕਿ ਅਸੀਂ ਇਸ ਕੰਮ ਨੂੰ ਕਰ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਬਣਾਉਣਾ ਪੈਣਾ ਕਿ ਅਸੀਂ ਕਿਸ ਧੰਦੇ ਦੇ ਵੱਲ ਤੁਰ ਸਕਦੇ। ਉਸ ਵਾਸਤੇ ਮੇਰਾ ਕੱਲਾ ਕਿਸਾਨ ਵੀਰ ਨਹੀਂ, ਨਾਲ ਸਾਡੀਆਂ ਭੈਣਾਂ, ਨਾਲ ਬੱਚੇ, ਸਾਰੇ ਪਰਿਵਾਰ ਦਾ ਇੱਕ ਸੰਯੁਕਤ ਨੁਕਤਾ ਹੋਣਾ ਚਾਹੀਦਾ ਕਿ ਅਸੀਂ ਆਹ ਕੰਮ ਸਾਰੇ ਰਲ ਮਿਲ ਕੇ ਕਰ ਸਕਦੇ। ਜਦੋਂ ਨੁਕਤਾ ਬਣ ਗਿਆ ਫੇਰ ਉਹਦੀ ਟ੍ਰੇਨਿੰਗ ਹੈ, ਟ੍ਰੇਨਿੰਗ ਲੈਣ ਤੋਂ ਬਾਅਦ ਫਿਰ ਸਮਾਲ ਸਕੇਲ ਤੋਂ ਉਹਦਾ ਸਟਾਰਟ। ਕਦੇ ਵੀ ਲਾਰਜ ਸਕੇਲ ਤੇ ਸਟਾਰਟ ਨਾ ਕਰੋ, ਸਮਾਲ ਸਕੇਲ ਤੇ ਥੋੜੇ ਜਾਨਵਰਾਂ ਦੇ ਨਾਲ, ਥੋੜੇ ਪਸ਼ੂਆਂ ਦੇ ਨਾਲ, ਥੋੜੀ ਗਿਣਤੀ ਤੋਂ ਕੰਮ ਦੀ ਸ਼ੁਰੂਆਤ ਕਰੋ, ਹੌਲੀ ਹੌਲੀ ਕੰਮ ਨੂੰ ਵਧਾਉਣ ਦੀ ਕੋਸ਼ਿਸ਼ ਕਰੋ। ਜਦੋਂ ਅਸੀਂ ਪੌੜੀ ਦਰ ਪੌੜੀ ਚੜ੍ਹਦੇ ਜਾਵਾਂਗੇ ਤਾਂ ਅਸੀਂ ਛੱਤ ਤੇ ਵੀ ਪਹੁੰਚ ਜਾਵਾਂਗੇ। ਜੇ ਮੇਰੇ ਵਰਗਾ ਥੱਲੇ ਖੜਾ ਛਾਲ ਮਾਰੂਗਾ ਕਦੇ ਛੱਤ ਤੇ ਨਹੀਂ ਪਹੁੰਚ ਸਕਦਾ, ਥੱਲੇ ਡਿੱਗ ਪੂਗਾ, ਲੱਤ ਟੁੱਟ ਗਈ, ਹੋਰ ਉਹਦਾ ਕੁਛ ਨਹੀਂ ਹੋਣਾ। ਥੋੜਾ ਥੋੜਾ ਕਰਕੇ ਜੇਕਰ ਉਹ ਜੋੜਦੇ ਜਾਣ ਤਾਂ ਜ਼ਰੂਰ, ਜਿਵੇਂ ਕਹਿੰਦੇ ਹੁੰਦੇ ਆ ਕਿ ਬੂੰਦ ਬੂੰਦ ਨਾਲ ਸਾਗਰ ਹੈ ਜਿਹੜਾ ਉਹ ਭਰ ਜਾਂਦਾ ਹੈਗਾ, ਤਾਂ ਇਸ ਤਰੀਕੇ ਦੇ ਨਾਲ ਜਿਹੜਾ ਕਿਸਾਨ ਵੀਰ ਇੱਕ ਚੰਗਾ ਮੁਨਾਫਾ ਕਮਾ ਸਕਦੇ ਆ। ਇਸ ਦੇ ਨਾਲ ਹੀ ਕਿਸਾਨ ਵੀਰਾਂ ਨੂੰ ਦੱਸ ਦਈਏ ਕਿ ਸਟੂਡੀਓ ਦਾ ਨੰਬਰ 0164-2442-4331 ਡਾਇਲ ਕਰਕੇ ਉਹ ਡਾਕਟਰ ਸਾਹਿਬ ਤੋਂ ਆਪਣੇ ਬਣਦੇ ਸਵਾਲ ਆ ਜਿਹੜੇ ਸਹਾਇਕ ਧੰਦਿਆਂ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਜਵਾਬ ਹੈ ਜਿਹੜੇ ਉਹ ਲੈ ਸਕਦੇ ਨੇ। ਡਾਕਟਰ ਸਾਹਿਬ ਆਪਾਂ ਇਸ ਤੋਂ ਪਹਿਲਾਂ ਕਿ ਸਵਾਲਾਂ ਦੇ ਸਿਲਸਿਲੇ ਨੂੰ ਅੱਗੇ ਵਧਾਈਏ ਇਸ ਵਿਸ਼ੇ ਦੇ ਉੱਤੇ, ਆਪਾਂ ਮੇਲੇ ਦੇ ਸੰਬੰਧ ਦੇ ਵਿੱਚ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਮੇਲਾ ਜਿਹੜਾ ਉਹ ਬਠਿੰਡਾ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਲੱਗਣਾ, ਉਸ ਸੰਬੰਧ ਦੇ ਵਿੱਚ ਜ਼ਰੂਰ ਗੱਲਾਂ ਕਰ ਲੈਂਦੇ ਹਾਂ, ਕਿਉਂਕਿ ਜਿਹੜੇ ਵੀ ਸਰੋਤਾ ਸਾਡੇ ਕਿਸਾਨ ਮੇਲੇ ਦੇ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਪ੍ਰਦਰਸ਼ਨੀਆਂ ਨੂੰ ਦੇਖਣਾ ਚਾਹੁੰਦੇ ਨੇ, ਤਾਂ ਉਹ ਇਹ ਜਾਣ ਸਕਣ ਕਿ ਕਿਹੋ ਜਿਹੀਆਂ ਪ੍ਰਦਰਸ਼ਨੀਆਂ ਜਿਹੜੀਆਂ ਉਹ ਲਗਾਈਆਂ ਜਾਣੀਆਂ ਨੇ ਜਾਂ ਕਿਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਉੱਥੇ ਮਿਲ ਸਕਦੀਆਂ। ਮੈਡਮ, ਕਿਉਂਕਿ ਕੱਲ ਦਾ ਦਿਨ ਬੜਾ ਹੀ ਮਹੱਤਵਪੂਰਨ ਦਿਨ ਹੈ ਜਿਹਦੇ ਚ ਅਸੀਂ ਕੋਈ 3 ਸਾਲਾਂ ਬਾਅਦ ਜਿਹੜਾ ਸਾਡਾ ਆਨਲਾਈਨ ਸਿਸਟਮ ਸੀ ਜਿਹਨੂੰ ਅਸੀਂ ਵਰਚੁਅਲ ਮੇਲੇ ਕਹਿੰਦੇ ਸੀ ਉਹਨਾਂ ਨੂੰ ਤੋੜਨ ਜਾ ਰਹੇ ਹਾਂ। ਪਹਿਲਾ ਪੰਜਾਬ ਦਾ ਇੱਕੋ ਇੱਕ ਮੇਲਾ ਜਿਹਦੀ ਸਾਨੂੰ ਪਰਮਿਸ਼ਨ ਮਿਲੀ ਹੈ ਤੇ ਸਰਕਾਰ ਇੱਕ ਤਜਰਬਾ ਕਰਕੇ ਦੇਖਣਾ ਚਾਹੁੰਦੀ ਹੈ ਕਿ ਕੀ ਅਸੀਂ ਹੁਣ ਜੇ ਵਰਚੁਅਲ ਮੇਲੇ ਬੰਦ ਕਰ ਦਈਏ ਤਾਂ ਫਿਜੀਕਲ ਮੇਲੇ ਲੱਗ ਸਕਦੇ ਆ ਜਾਂ ਕਿਸਾਨ ਕਿੰਨੀ ਸ਼ਮੂਲੀਅਤ ਕਰ ਉਹਦੇ ਵਾਸਤੇ ਸਾਰੇ ਪੰਜਾਬ ਦੇ ਵਿੱਚੋਂ ਇੱਕੋ ਹੀ ਜਗ੍ਹਾ ਚੁਣੀ ਗਈ ਹੈ ਬਠਿੰਡਾ, ਬਾਕੀ ਸਾਰੇ ਦੇ ਸਾਰੇ ਮੇਲੇ ਇਸ ਸਾਲ ਵੀ ਵਰਚੁਅਲ ਲੱਗੇ ਆ, ਆਨਲਾਈਨ ਲੱਗੇ ਆ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਦੇ ਮੋਬਾਈਲਾਂ ਜਾਂ ਕੰਪਿਊਟਰਾਂ ਰਾਹੀਂ ਮੇਲੇ ਦੇਖੀ। ਤਾਂ ਇਸ ਬਣੀ ਸਰਕਾਰ ਦੀ ਪਹਿਲੀ ਪਹਿਲ ਕਦਮੀ ਹੈ ਕਿ ਸਾਨੂੂੰ ਬਠਿੰਡੇ ਨੂੰ ਇਸ ਚੈਲੰਜ ਨੂੰ ਕਬੂਲ ਕਰਨ ਦਾ ਮੌਕਾ ਮਿਲਿਆ। ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੇ ਸਾਡੇ ਕਿਸਾਨ ਵੀਰ ਆ ਬਠਿੰਡੇ ਦੇ,
ਜਿੰਨੀਆਂ ਸਾਡੀਆਂ ਭੈਣਾਂ ਦੇ ਬੱਚੇ ਆ ਸਾਰੇ ਕੱਲ ਨੂੰ ਬੜਾ ਹੁਮ ਹੁਮਾ ਕੇ ਇਸ ਮੇਲੇ ਦੇ ਵਿਚ ਆ ਰਹੇ। ਮੇਲੇ ਦੇ ਵਿਚ ਜਿੰਨੀਆਂ ਵੀ ਨਵੀਆਂ ਫਸਲਾਂ ਜਿਹੜੀਆਂ ਕਿ ਇਸ ਤੋਂ ਬਾਅਦ ਆਉਣ ਵਾਲੇ ਸੀਜ਼ਨ ਚ ਅਸੀਂ ਬੀਜਣੀਆਂ, ਇਹਦੇ ਚ ਝੋਨਾ ਨਰਮ ਹੈ, ਇਹਦੇ ਨਾਲ ਨਾਲ ਸਾਡੇ ਕੋਲ ਜਿਹੜੀ ਮੂੰਗੀ ਆ ਜਾਂ ਜਿਹੜੇ ਵੀ ਸਾਡੇ ਕੋਲ ਹੁਣ ਨਵੀਆਂ ਵਰਾਇਟੀਆਂ ਸਾਡੇ ਕੋਲ ਆਈਆਂ ਜਾਂ ਪੈਦਾ ਕੀਤੀਆਂ ਯੂਨੀਵਰਸਿਟੀ ਨੇ, ਉਹ ਸਾਰੇ ਬੀਜਾਂ ਦੀ ਸੇਲ ਕੀਤੀ ਜਾਣੀ। ਉਹਦੇ ਨਾਲ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ, ਫਾਰਮ ਸਲਾਹਕਾਰ ਸੇਵਾ, ਖੇਤਰੀ ਖੋਜ ਕੇਂਦਰ, ਸਭ ਦੇ ਆਪਦੀਆਂ ਆਪਦੀਆਂ ਐਗਜੀਬਿਸ਼ਨਾਂ ਲਾਉਣੀਆਂ, ਸਟਾਲਾਂ ਲਾਉਣੀਆਂ। ਜਿੰਨੇ ਅਲਾਈਡ ਡਿਪਾਰਟਮੈਂਟ ਆ ਉਹਨਾਂ ਸਾਰਿਆਂ ਦੀਆਂ ਸਟਾਲਾਂ ਲੱਗਣੀਆਂ, ਜਿੰਨੀਆਂ ਸਾਡੀਆਂ ਕਾਰਪੋਰੇਸ਼ਨ ਆ, ਜਿੰਨੇ ਸਾਡੇ ਇਫਕੋ ਕ੍ਰਿਪਕੋ ਸਾਰੇ ਮਿਲਕ ਪਲਾਂਟ ਸਭ ਦੀਆਂ ਸਟਾਲਾਂ, ਜਿੰਨੇ ਬੀਆਂ ਵਾਲੇ ਆ ਪ੍ਰਾਈਵੇਟ ਆ ਚਾਹੇ ਅਰਧ ਸਰਕਾਰੀ ਆ ਜਾਂ ਸਰਕਾਰੀ ਆ, ਉਹਨਾਂ ਦੀਆਂ ਸਟਾਲਾਂ ਹੋਣੀਆਂ। ਇਸੇ ਤਰੀਕੇ ਨਾਲ ਮਸ਼ੀਨਰੀ ਨਾਲ ਰਿਲੇਟਡ ਜਿੰਨਾ ਸਾਡਾ ਹੈਗਾ ਸਿਸਟਮ ਹੈ ਉਹਦੀਆਂ ਸਾਰੀਆਂ ਸਟਾਲਾਂ ਲੱਗਣੀਆਂ। ਉਹਦੇ ਨਾਲ ਨਾਲ ਅਸੀਂ ਜਿਹੜੀਆਂ ਸਬਜ਼ੀਆਂ ਦੇ ਬੀਜ, ਸਬਜ਼ੀਆਂ ਦੀਆਂ ਪਨੀਰੀਆਂ ਦੇਣੀਆਂ, ਫਲਾਂ ਦੇ ਬੂਟੇ ਦੇਣੇ ਆ। ਉਹਦੇ ਨਾਲ ਨਾਲ ਜਿੰਨੇ ਸਾਡੇ ਕਾਮਯਾਬ ਬੰਦੇ ਆ ਉਹਨਾਂ ਨੂੰ ਅਸੀਂ ਸੈਲਫ ਹੈਲਪ ਗਰੁੱਪ ਥੱਲੇ ਥੋੜੇ ਥੋੜੇ ਪੈਸੇ ਲੈ ਕੇ ਸਟਾਲਾਂ ਦਿੱਤੀਆਂ ਤਾਂ ਜੋ ਕਿ ਉਹ ਆਪਦੇ ਪ੍ਰੋਡਕਟ ਦਿਖਾ ਕੇ ਹੋਰ ਮੇਰੇ ਕਿਸਾਨ ਵੀਰਾਂ ਨੂੰ, ਜਿਵੇਂ ਅੱਜ ਸਾਡਾ ਟੌਪਿਕ ਕੀ ਹੈ ਕਿ ਧੰਦਿਆਂ ਵੱਲ ਆਓ, ਤਾਂ ਵੜਦੇ ਸਰ ਗੇਟ ਦੇ ਨਾਲ ਹੀ ਇੱਕ ਪੂਰਾ ਲੋਟ, ਇੱਕ ਪੂਰਾ ਬਲਕ ਦੇ ਵਿੱਚ 25-30 ਸਟਾਲਾਂ ਉਹਨਾਂ ਦੀਆਂ ਹੋਣਗੀਆਂ, ਜਿਹਦੇ ਵਿੱਚ ਉਹ ਆਪਦੇ ਪ੍ਰੋਡਕਟ ਵੀ ਸੇਲ ਕਰਨਗੇ, ਤੁਹਾਨੂੰ ਇਹਨਾਂ ਕਿੱਤਿਆਂ ਬਾਰੇ ਵੀ ਦੱਸਣਗੇ। ਉਹ ਸਾਡੇ ਇੱਕ ਨੁਮਾਇੰਦੇ ਆ ਜਿਹੜੇ ਕਿ ਪਿੰਡਾਂ ਚ ਜਾ ਕੇ ਇਹੋ ਜਿਹੇ ਮੇਲਿਆਂ ਚ ਜਾ ਕੇ ਤੁਹਾਨੂੰ ਦਿਖਾਉਂਦੇ ਆ ਕਿ ਅਸੀਂ ਟ੍ਰੇਨਿੰਗ ਲੈ ਕੇ KVK ਤੋਂ ਆਹ ਕੰਮ ਕਰਦੇ, ਜੇ ਮੈਂ ਕਰ ਸਕਦਾ ਤੁਸੀਂ ਵੀ ਕਰ ਸਕਦੇ। ਇਵੇਂ ਜੇ ਸਾਡੀ ਕੋਈ ਭੈਣ ਕੋਈ ਕੰਮ ਕਰਕੇ ਕੋਈ ਚੀਜ਼ ਲਿਆ ਕੇ ਉੱਥੇ ਦਿਖਾਊਗੀ ਤਾਂ ਸਾਡੀਆਂ ਦੂਜੀਆਂ ਭੈਣਾਂ ਉਹਨੂੰ ਦੇਖ ਕੇ ਨਾਲ ਦੀ ਨਾਲ ਆਪਦਾ ਮਨ ਬਣਾਉਣਗੀਆਂ ਕਿ ਜੇ ਇਹ ਕਰ ਸਕਦੀ ਤਾਂ ਮੈਂ ਵੀ ਜ਼ਰੂਰ ਕਰਾਂ। ਜੀ, ਜਿਵੇਂ ਕਿ ਡਾਕਟਰ ਸਾਹਿਬ ਆਪਾਂ ਸ਼ੁਰੂਆਤੀ ਸਮੇਂ ਦੇ ਵਿੱਚ ਗੱਲ ਕੀਤੀ ਕਿ ਸਰਵੇਖਣ ਜਿਹੜਾ ਉਹ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵਧੇਰੇ ਜ਼ਰੂਰੀ ਹੈ, ਤਾਂ ਕਿਸਾਨ ਵੀਰਾਂ ਦੇ ਲਈ ਜਿਹੜਾ ਕਿਸਾਨ ਮੇਲਾ ਉਹ ਸਰਵੇਖਣ ਦਾ ਇੱਕ ਚੰਗਾ ਮੌਕਾ ਮੰਨਿਆ ਜਾ ਸਕਦਾ ਹੈ। ਬਾਕੀ ਜਾਣਕਾਰੀ ਜਿਹੜੀ ਉਹ ਆਪਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਵਿੱਚ ਸਾਂਝੀ ਕਰਾਂਗੇ ਕਿਸਾਨ ਮੇਲੇ ਦੇ ਸਮਾਂ। ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਸੁਣ ਰਹੇ ਸਾਰੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਮੇਰੇ ਗੁਰਲੀਨ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿਸਾਨ ਵੀਰੋ ਤੇ ਭੈਣਾਂ, ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਪਿਛਲੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਸਾਡਾ ਵਿਸ਼ਾ ਸੀ ਖੇਤੀਬਾੜੀ ਵਿੱਚ ਸਹਾਇਕ ਧੰਦਿਆਂ ਦਾ ਯੋਗਦਾਨ। ਇਸੇ ਵਿਸ਼ੇ ਦੇ ਉੱਤੇ ਹੀ ਅਸੀਂ ਜਿਹੜੀ ਗੱਲਬਾਤ ਹੈ ਉਹ ਜਾਰੀ ਕਰਾਂਗੇ ਡਾਕਟਰ ਅਜੀਤਪਾਲ ਸਿੰਘ ਧਾਲੀਵਾਲ ਜੀ ਦੇ ਨਾਲ। ਡਾਕਟਰ ਸਾਹਿਬ, ਸਟੂਡੀਓ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ, ਤੇ ਇਸ ਦੇ ਨਾਲ ਹੀ ਕਿ ਅਸੀਂ ਸਵਾਲਾਂ ਦੇ ਸਿਲਸਿਲੇ ਨੂੰ ਅੱਗੇ ਵਧਾਈਏ, ਇੱਕ ਕਿਸਾਨ ਵੀਰ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ, ਆ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਹੈਲੋ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ। ਪਿੰਡ ਭਾਗੂ ਤੇ ਨਾਮ ਜੀ, ਸਵਾਲ ਕੀ ਹੈ ਜੀ ਤੁਹਾਡਾ ਜੀ? ਹਾਂਜੀ, ਤੁਹਾਨੂੰ ਅਸੀਂ ਦੱਸਦੇ ਹਾਂ, ਤੁਸੀਂ ਆਪਣੇ ਇਹਦੇ ਤੇ ਰੇਡੀਓ ਤੇ ਸੁਣੋ ਇਹਦੇ ਬਾਰੇ, ਮੇਲੇ ਬਾਰੇ ਤੇ ਬੀਆਂ ਬਾਰੇ ਮੈਂ ਸਾਰੀ ਗੱਲ ਦੱਸਦਾ ਜੀ। ਜੀ, ਫੋਨ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਬਾਕੀ ਕਿਸਾਨ ਵੀਰਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਕੱਲ ਦੇ ਕਿਸਾਨ ਮੇਲੇ ਦੇ ਨਾਲ ਨਾਲ ਜੇਕਰ ਕੋਈ ਵੀ ਸਹਾਇਕ ਧੰਦੇ ਦੇ ਸੰਬੰਧ ਵਿੱਚ ਤੁਹਾਡਾ ਸਵਾਲ ਹੈ ਤਾਂ ਤੁਸੀਂ ਸਟੂਡੀਓ ਦਾ ਨੰਬਰ 0154-22-4340 ਡਾਇਲ ਕਰਕੇ ਡਾਕਟਰ ਸਾਹਿਬ ਤੋਂ ਆਪਣੇ ਬਣਦੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਡਾਕਟਰ ਸਾਹਿਬ, ਜਿਵੇਂ ਕਿ ਆਪਾਂ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਕਿਸਾਨ ਵੀਰਾਂ ਨੂੰ ਦੱਸਿਆ ਕਿ ਕੱਲ ਨੂੰ ਜਿਹੜੀ ਕਿ 29 ਮਾਰਚ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਵਿਖੇ ਸਾਨੂੰ ਸਰਕਾਰ ਨੇ ਇਸ ਚੀਜ਼ ਦਾ ਹੁੰਗਾਰਾ ਭਰਿਆ ਕਿ ਅਸੀਂ ਵਰਚੁਅਲ ਮੇਲਿਆਂ ਤੋਂ ਹਟ ਕੇ ਜਿਹੜੇ ਨਿੱਜੀ ਤੌਰ ਦੇ ਉੱਤੇ ਕਹਿ ਦਈਏ ਕਿ ਮੇਲੇ ਜਿਹੜੇ ਉਹ ਲਗਾਏ ਜਾ ਸਕਦੇ ਹੈਗੇ, ਸਾਡੇ ਕਿਸਾਨ ਵੀਰ ਆ ਜਿਹੜੇ ਕਿਸਾਨ ਮੇਲਿਆਂ ਦੇ ਵਿੱਚ ਪਹਿਲਾਂ ਦੀ ਵਾਂਗ ਸ਼ਮੂਲੀਅਤ ਕਰ ਸਕਣਗੇ, ਜਿਸ ਦੇ ਵਿੱਚ ਤੁਸੀਂ ਇਹ ਵੀ ਦੱਸਿਆ ਕਿ ਆਉਣ ਵਾਲੀਆਂ ਫਸਲਾਂ ਦੇ ਬੀਜਾਂ ਦੇ ਨਾਲ ਨਾਲ ਸਬਜ਼ੀਆਂ ਦੇ ਬੀਜ ਤੇ ਹੋਰ ਸਾਰੀਆਂ ਹੀ ਕਿਸਮਾਂ ਦੇ ਬੀਜ ਆ ਜਿਹੜੇ ਉਹ ਮਿਲਣਗੇ। ਹੋਰ ਕੀ ਜਾਣਕਾਰੀ ਹੈ ਜਿਹੜੀ ਇਸ ਮੇਲੇ ਦੇ ਸੰਬੰਧ ਵਿੱਚ ਅਸੀਂ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ? ਮੈਡਮ, ਜਿਵੇਂ ਭਾਗੂ ਤੋਂ ਸਾਡੇ ਰਮਾਣਾ ਸਾਹਿਬ ਦਾ ਆਪਣੇ ਫੋਨ ਆਇਆ ਸੀ ਕਿ ਇਹ ਜਿਹੜੀ ਬੈਲਟ ਹੈ ਨਰਮੇ ਦੀ ਬੈਲਟ ਹੈ, ਨਰਮੇ ਦੇ ਕੁਛ ਬੀਜ ਕੁਛ ਵਰਾਇਟੀਆਂ ਯੂਨੀਵਰਸਿਟੀ ਨੇ ਵੀ ਪਰਫੋਰਮੈਂਸ ਕੀਤੀ ਹੈ, ਜਿਹਦੇ ਵਿੱਚ BT ਦੇ ਕੁਛ ਬੀਜ ਜਿਹੜੇ ਆ ਇਸ ਸਾਲ ਤਿਆਰ ਕੀਤੇ ਉਹ ਵੀ ਦਿੱਤੇ ਜਾਣਗੇ। ਇਸ ਤੋਂ ਬਿਨਾਂ ਪ੍ਰਾਈਵੇਟ ਫਾਰਮਾਂ ਦੇ ਜਿਹੜੇ ਪ੍ਰਮਾਣਿਤ ਬੀਜ ਹੈ, ਕਿਉਂਕਿ ਯੂਨੀਵਰਸਿਟੀ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਸਾਰੇ ਬੀਜ ਜਿਹੜੇ ਉਹ ਟੈਸਟ ਕਰਦੀ ਹੈ। ਇਹ ਨਹੀਂ ਕਿ ਪ੍ਰਾਈਵੇਟ ਬੰਦਾ ਕੋਈ ਬੀਜ ਤਿਆਰ ਕਰ ਲਏ ਤੇ ਨਾਲ ਦੀ ਨਾਲ ਮਾਰਕੀਟ ਚ ਆ ਜਾਂਦਾ, ਉਹਨੂੰ ਲਗਾਤਾਰ 2-3-4 ਸਾਲ ਉਹਨੂੰ ਜਿਹੜਾ ਪ੍ਰੈਕਟੀਕਲੀ ਉਹਨੂੰ ਦੇਖਿਆ ਜਾਂਦਾ, ਉਹਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਤਾਂ ਨਹੀਂ, ਉਹਦਾ ਚਾਰਟ ਜੋ ਐਕਚੁਅਲ ਉਹ ਰਿਕਮੈਂਡ ਕਰ ਰਹੇ ਆ ਕਿ ਉਹਦੇ ਬਰਾਬਰ ਆ ਰਿਹਾ,
ਉਹਦੀ ਸਾਡੇ ਏਰੀਏ ਦੇ ਵਿੱਚ ਜਿਵੇਂ ਹੁਣ ਇਹ ਦੱਖਣ ਪੱਛਮੀ ਜ਼ਿਲ੍ਹੇ ਆ ਇਹਨਾਂ ਦੇ ਵਿੱਚ ਉਹਦੇ ਜਿਹੜੀ ਫਿਟਮੈਂਟ ਟੇਬਲ ਦੇ ਵਿੱਚ ਫਿੱਟ ਬੈਠ ਰਹੀ ਹੈ। ਜੇ ਜਦੋਂ ਸਾਰੀਆਂ ਖੋਜਾਂ ਕੰਪਲੀਟ ਹੋ ਜਾਂਦੀਆਂ ਤਾਂ ਉਸ ਤੋਂ ਬਾਅਦ ਜਿਹੜੀਆਂ ਪ੍ਰਮਾਣਿਤ ਕਿਸਮਾਂ ਉਹਦੀਆਂ ਲਿਸਟਾਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਜਿਹੜੀਆਂ ਉਹ ਰਿਲੀਜ਼ ਕਰ ਦਿੱਤੀਆਂ ਜਾਂਦੀਆਂ ਤਾਂ ਜਿਹੜੇ ਉਹ ਪ੍ਰਮਾਣਿਤ ਬੰਦੇ ਆ ਉਹਨਾਂ ਦੀਆਂ ਸਟਾਲਾਂ ਵੀ ਲੱਗਦੀਆਂ ਉਹ ਆਪਦੇ ਪੰਪਲੈਟ ਵੀ ਦਿੰਦੇ ਆ ਬੁਕਿੰਗ ਵੀ ਕਰਦੇ ਆ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਤੋਂ ਬੀਜ ਜਿਹੜਾ ਉਹ ਪ੍ਰਾਪਤ ਕਰ ਸਕਦੇ। ਇਹਦੇ ਨਾਲ ਯੂਨੀਵਰਸਿਟੀ ਦੇ ਜਿਹੜੇ ਬੀਜ ਆ ਉਹ ਤਾਂ ਆਉਣੇ ਆਉਣੇ ਆ ਸਾਰੇ ਉਹਨਾਂ ਚੋਂ ਜਿਹੜਾ ਮਰਜ਼ੀ ਬੀਜ ਤੁਸੀਂ ਪਨੀਰੀ ਸਬਜ਼ੀਆਂ ਦੇ ਬੀਜ ਮਿਨਰਲ ਮਿਕਸਚਰ ਇਹ ਸਾਰੀਆਂ ਚੀਜ਼ਾਂ ਤੁਸੀਂ ਇਸ ਕਿਸਾਨ ਮੇਲੇ ਚ ਆਓ ਹੁਮ ਹੁਮਾ ਕੇ ਆਓ ਤੇ ਜਿਹੜਾ ਅਸੀਂ ਹੌਸਲੇ ਦੇ ਨਾਲ ਇਹ ਮੇਲੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਸਾਡੀ ਆਸ ਤੋਂ ਵੱਧ ਕੇ ਇਕੱਠ ਹੋਵੇ ਤਾਂ ਜੋ ਕਿ ਅਸੀਂ ਸਰਕਾਰ ਨੂੰ ਦੱਸ ਸਕੀਏ ਕਿ ਇਹ ਮੇਲਾ ਜਿਹੜਾ ਹੈ ਜੇ ਅਸੀਂ ਬਠਿੰਡੇ ਵਾਲਿਆਂ ਨੇ ਲਾਉਣ ਬਾਰੇ ਸੋਚਿਆ ਤਾਂ ਇਹ ਇੱਕ ਬਹੁਤ ਵੱਡਾ ਸਟੈਪ ਸੀਗਾ ਅਸੀਂ ਇਸ ਵਿਰਚੁਅਲ ਤੋਂ ਬਾਹਰ ਆ ਕੇ ਫਿਜ਼ੀਕਲੀ ਮੇਲੇ ਲਾਉਣਾ ਚਾਹੁੰਦੇ ਹਾਂ ਤਾਂ ਜੋ ਕਿ ਅਸੀਂ ਸਾਡੇ ਕਿਸਾਨ ਵੀਰਾਂ ਦਾ ਸਾਡੀਆਂ ਭੈਣਾਂ ਦਾ ਨਿੱਜੀ ਰੂਪ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪ੍ਰਮਾਣਿਤ ਚੀਜ਼ਾਂ ਦਿਖਾ ਕੇ ਡੈਮੋ ਦਿਖਾ ਕੇ ਖੇਤ ਦੇ ਵਿੱਚ ਖੜਾ ਕੇ ਉਹਨੂੰ ਸੈਟਿਸਫਾਈ ਕਰਾ ਸਕੀਏ ਤਾਂ ਜੋ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਤਰੀਕੇ ਦੇ ਨਾਲ ਆਪਦੇ ਕਿੱਤਿਆਂ ਨੂੰ ਅੱਗੇ ਲੈ ਜਾ ਸਕਣ। ਜੀ ਡਾਕਟਰ ਵਿੱਚ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਉਹਦਾ ਸਵਾਲ ਲੈ ਲੈਣੇ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ। ਜੀ ਆਪਣਾ ਨਾਮ ਤੇ ਪਿੰਡ ਦੱਸ ਦਿਓ। ਜੀ ਸਵਾਲ ਕੀ ਹੈ ਜੀ ਤੁਹਾਡਾ? ਜੀ ਮੈਂ ਦੱਸਦਾ ਜੀ ਤੁਹਾਨੂੰ ਰੇਡੀਓ ਤੇ ਸੁਣੋ ਮੇਰਾ ਇਹ ਇਹਦਾ ਜਵਾਬ ਜਿਹੜਾ ਜੀ ਤੁਹਾਡਾ। ਹਾਂਜੀ ਖਾਲਸਾ ਜੀ। ਜੀ ਫੋਨ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਬਾਕੀ ਕਿਸਾਨ ਵੀਰ ਵੀ ਸਟੂਡੀਓ ਦਾ ਨੰਬਰ 0164242340 ਡਾਇਲ ਕਰਕੇ ਸਾਡੇ ਨਾਲ ਸੰਪਰਕ ਜਿਹੜਾ ਉਹ ਬਣਾ ਸਕਦੇ। ਡਾਕਟਰ ਸਾਹਿਬ ਇਹਨਾਂ ਦਾ ਸਵਾਲ ਸੀਗਾ ਕਿ ਖਰਗੋਸ਼ਾਂ ਦਾ ਜਿਹੜਾ ਸ਼ੈੱਡ ਇਹਨਾਂ ਨੇ ਬਣਾਇਆ ਸੀ ਕੀ ਉਹ ਇਸ ਨੂੰ ਮੱਝਾਂ ਰੱਖਣ ਦੇ ਲਈ ਤਬਦੀਲ ਕਰ ਸਕਦੇ ਨੇ? ਮੈਡਮ ਇਹ ਇੱਕ ਕਿੱਤਾ ਸੀ ਸਹਿਕ ਕਿੱਤਾ ਜਿਹਦੇ ਵਿੱਚ ਉਹਨਾਂ ਨੇ ਖਰਗੋਸ਼ਾਂ ਦਾ ਕੰਮ ਜਿਹੜਾ ਕੀਤਾ ਸੀ ਪਰ ਜਦੋਂ ਸਾਡਾ ਲਾਕਡਾਊਨ ਦਾ ਪੀਰੀਅਡ ਆਇਆ ਤਾਂ ਉਦੋਂ ਖਾਲਸਾ ਜੀ ਨੇ ਜਿਵੇਂ ਦੱਸਿਆ ਕਿ ਬੱਚਿਆਂ ਦਾ ਜਿਹੜਾ ਕੰਮ ਹੈ ਉਸ ਵੇਲੇ ਨਹੀਂ ਚੜ ਸਕਿਆ ਖਰਗੋਸ਼ਾਂ ਦੀ। ਜਿਵੇਂ ਆਪਾਂ ਪਹਿਲਾਂ ਸ਼ੁਰੂ ਚ ਵੀ ਮੈਂ ਉਦਾਹਰਣ ਦਿੱਤੀ ਸੀ ਕਿ ਉਹਨਾਂ ਨੇ ਕੁੱਲੂ ਜਾਣਾ ਸੀਗਾ ਤੇ ਉਦੋਂ ਬਾਰਡਰ ਸੀਲ ਹੋ ਗਏ ਤੇ ਕੁੱਲੂ ਕਿਹੜਾ ਜਾਣਾ ਸੀ ਉਦੋਂ ਤਾਂ ਬੱਡਾ ਕੁੱਲੂ ਲੁਧਿਆਣੇ ਤੱਕ ਵੀ ਨਹੀਂ ਸੀ ਜਾ ਸਕਦੇ। ਵਿਦਿਨ ਬਠਿੰਡਾ ਸਾਨੂੰ ਜਿਹੜੀਆਂ ਪਰਮਿਸ਼ਨਾਂ ਮਿਲੀਆਂ ਸੀ ਜਿਹਦੇ ਜਿਹੜੇ ਧੰਦੇ ਇੱਥੇ ਲੋਕਲ ਏਰੀਆ ਦੇ ਵਿੱਚ ਕੰਮ ਕਰਦੇ ਸੀ ਜਿਵੇਂ ਡੇਅਰੀ ਸੀ ਪੋਲਟਰੀ ਸੀ ਉਹ ਜ਼ਰੂਰ ਸਰਵਾਈਵ ਕੀਤੇ। ਜਿਹੜੇ ਸਾਡੇ ਕਿੱਤੇ ਬਾਹਰਲੀਆਂ ਕਿਸੇ ਸਟੇਟਾਂ ਨਾਲ ਜੁੜੇ ਸੀ ਜਿਵੇਂ ਪਿਗਰੀ ਸੀ ਸਾਡਾ ਜਿਹੜਾ ਮੀਟ ਸੀਗਾ ਸੂਰ ਦਾ ਉਹ ਸਾਰੇ ਦਾ ਸਾਰਾ ਜਿਹੜਾ ਈਸਟਰਨ ਏਰੀਏ ਦੇ ਵਿੱਚ ਜਾਂਦਾ ਸੀਗਾ ਤਾਂ ਉੱਥੇ ਜਿਹੜਾ ਇਹ ਨਹੀਂ ਜਾ ਸਕਿਆ ਤੇ ਸਾਡੇ ਜਿਹੜੇ ਪਿਗ ਫਾਰਮ ਵੀ ਬੰਦ ਹੋ ਗਏ ਖਰਗੋਸ਼ਾਂ ਦੇ ਫਾਰਮ ਵੀ ਬੰਦ ਹੋ ਗਏ। ਜਿੱਥੋਂ ਤੱਕ ਇਹ ਸ਼ੈੱਡ ਦਾ ਸੰਬੰਧ ਹੈ 50x12 ਦਾ ਉਹਨੇ ਸ਼ੈੱਡ ਜਿਹੜਾ ਤਿਆਰ ਕੀਤਾ ਸੀ ਬਹੁਤ ਛੋਟਾ ਜਿਹਾ ਸ਼ੈੱਡ ਹੈ ਤਾਂ ਇਹ ਸ਼ੈੱਡ ਦੇ ਵਿੱਚ ਇੱਕ ਸਾਈਡ ਦੇ ਉੱਤੇ ਅਸੀਂ ਖੁਰਲੀਆਂ ਬਣਾ ਕੇ ਡੇਅਰੀ ਯੂਨਿਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਨਾਲ ਦੀ ਨਾਲ ਥੋੜੀ ਜਿਹੀ ਇਹਦੀ ਜਿਹੜੀ ਹੈ ਸਾਈਡਾਂ ਤੋਂ ਜਿਹੜੀ ਹੈ ਹੋਰ ਟੇਪਰ ਕਰਕੇ ਥੋੜੇ ਜਿਹੇ ਸ਼ੀਟਾਂ ਹੋਰ ਪਾ ਕੇ ਹੌਲੀ ਹੌਲੀ ਇਹ ਸ਼ੈੱਡ ਡੋਈ ਡੇਅਰੀ ਸ਼ੈੱਡ ਦੇ ਵਿੱਚ ਕਨਵਰਜਨ ਹੋ ਜਾਂਦੀ ਹੈ। ਤੁਸੀਂ ਇਹਦਾ ਇੱਕ ਵਾਰੀ ਨਕਸ਼ਾ ਲੈ ਕੇ ਸਾਡੇ ਪੀਵੀਕੇ ਦੇ ਵਿੱਚ ਪਹੁੰਚੋ ਉਹਦੇ ਚ ਆਪਾਂ ਪ੍ਰੋਪਰ ਡਰਾਫਟ ਬਣਾ ਕੇ ਕਿਹੜੀ ਜਗ੍ਹਾ ਦੇ ਉੱਤੇ ਇਹਦੀ ਕੁਰਲੀ ਬਣਨੀ ਹੈ ਕਿਸੇ ਪਸ਼ੂ ਦੇ ਖੰਡ ਦਾ ਥਾਂ ਬਣਨਾ ਓਪਨ ਯਾਰਡ ਜਾਂ ਜਿਹੜਾ ਖੁੱਲਾ ਏਰੀਆ ਉਹਦੇ ਨਾਲ ਕਿਹੜੇ ਪਾਸੇ ਨੂੰ ਛੱਡਣਾ ਉਹ ਥੋੜਾ ਜਿਹਾ ਮੈਪ ਬਣਾ ਕੇ ਸਾਰਾ ਕੁਝ ਤੁਹਾਨੂੰ ਜਿਹੜੀ ਹੈਗੀ ਹੈ ਇਹਦੇ ਬਾਰੇ ਗਾਈਡਲਾਈਨ ਵੀ ਦਿੱਤੀ ਜਾਊਗੀ ਤੇ ਨਾਲ ਦੀ ਨਾਲ ਤੁਹਾਨੂੰ ਇਹਦਾ ਜਿਹੜਾ ਹੈਗਾ ਐਗਜ਼ੈਕਟ ਬਣਾ ਦਿੱਤਾ ਜਾਊਗਾ ਨਕਸ਼ਾ ਜਿਹਦੇ ਤਹਿਤ ਤੁਸੀਂ ਆਪਦੇ ਸ਼ੈੱਡ ਨੂੰ ਅੱਗੇ ਜਿਹੜਾ ਵਧਾ ਸਕਦੇ। ਜੀ ਜਾਨੀ ਕਿ ਇੱਕ ਆਸ ਦੀ ਉਮੀਦ ਹੈ ਜਿਹੜੀ ਉਹ ਹਲੇ ਵੀ ਇਹਨਾਂ ਦੇ ਕੋਲ ਹੈ ਕਿ ਜੇਕਰ ਕੁਝ ਲਾਕਡਾਊਨ ਦੇ ਸਮਿਆਂ ਦੇ ਵਿੱਚ ਕੋਈ ਕਿੱਤਾ ਬੰਦ ਹੋਇਆ ਤਾਂ ਉਹ ਆਪਣਾ ਨਵਾਂ ਕਿੱਤਾ ਜਿਹੜਾ ਸਹਾਇਕ ਹੁੰਦਾ ਉਹ ਜ਼ਰੂਰ ਉਸੇ ਹੀ ਥਾਂ ਦੇ ਵਿੱਚ ਚਲਾ ਸਕਦੇ ਆ ਪਰ ਕੁਝ ਸਲਾਹਾਂ ਜਾਂ ਕੁਝ ਗੱਲਾਂ ਬਾਤਾਂ ਜਿਹੜੀਆਂ ਜਿਨ੍ਹਾਂ ਨੂੰ ਸਿੱਖਣ ਦੀ ਲੋੜ ਹੈ ਉਸ ਦੇ ਸੰਬੰਧ ਵਿੱਚ ਉਮੀਦ ਕਰਦੇ ਹਾਂ ਕਿ ਤੁਹਾਡੇ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਸੰਪਰਕ ਜਿਹੜਾ ਉਹ ਜ਼ਰੂਰ ਕਰਨਗੇ। ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ। ਹੈਲੋ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ। ਜੀ ਪਿੰਡ ਜੀ ਸਵਾਲ ਕੀ ਹੈ ਜੀ ਤੁਹਾਡਾ? ਜੀ ਡਾਕਟਰ, ਹਾਂਜੀ
ਜਿਵੇਂ ਕਿ ਮੇਰੇ ਵੀਰ ਦਾ ਇਹ ਫੋਨ ਸੀ ਰਾਜਸਥਾਨ ਤੋਂ, ਜਿਹੜੀ ਇਹ ਗਵਾਲੀ ਦਾ ਬੀਜ ਹੈ, ਇਹ ਜਿੰਨੀ ਕੁ ਮੈਨੂੰ ਨੌਲੇਜ ਹੈ ਜਾਂ ਜਿਹੜੇ ਬੀਜ ਦੀ ਸਾਡੇ ਕੋਲ ਲਿਸਟ ਆਈ ਆ ਉਹਦੇ ਚ ਤਾਂ ਮੇਰੇ ਹਿਸਾਬ ਨਾਲ ਇਹ ਬੀਜ ਸਾਡੇ ਕੋਲ ਉਪਲਬਧ ਨਹੀਂ ਸੀਗਾ, ਕਿਉਂਕਿ ਇਹ ਜਿਹੜਾ ਗਵਾਲੀ ਦੇ ਬੀਜ ਹੈ ਜ਼ਿਆਦਾਤਰ ਸਾਡੇ ਕਿਸਾਨ ਵੀਰ ਵੀ ਜਿਹੜੇ ਹੈ ਇਧਰ ਡੱਬ ਵਾਲੀ ਸਾਈਡ ਤੋਂ ਜਾਂ ਗੰਗਾਨਗਰ ਸਾਈਡ ਤੋਂ ਲਿਆਉਂਦੇ ਆ, ਪਰ ਵੀ ਫਿਰ ਵੀ ਜਿਹੜਾ ਸਾਡਾ ਇੱਕ ਨੰਬਰ ਹੈ ਜਿਹੜਾ ਜਿੱਥੇ ਤੁਸੀਂ ਫੋਨ ਕਰਕੇ ਕੱਲ ਨੂੰ ਆਉਣ ਤੋਂ ਪਹਿਲਾਂ ਇੱਕ ਵਾਰੀ ਕਨਫਰਮ ਕਰ ਸਕਦੇ ਆ ਕਿ ਜਿਹੜੇ ਬੀ ਆਏ ਆ ਉਹਦੇ ਵਿੱਚ ਇਸ ਗਵਾਲੀ ਦਾ ਬੀ ਹੈ ਕਿ ਨਹੀਂ ਹੈ। 0164-2-21-21-59 ਇਹ ਸਾਡਾ ਰੀਜਨਲ ਰਿਸਰਚ ਸਟੇਸ਼ਨ ਦਾ ਨੰਬਰ ਹੈ, ਜਿੱਥੇ ਕਿ ਸਾਡਾ ਸੀਡ ਸਟੋਰ ਹੈ, ਉਹਦੇ ਚ ਅਸੀਂ ਚੈੱਕ ਕਰਕੇ ਰਿਜੈਕਟ ਦੱਸ ਸਕਦੇ ਹਾਂ ਕਿ ਗਵਾਲੇ ਦਾ ਬੀ ਆਇਆ ਤਾਂ ਕਿਹੜੀ ਵਰਾਇਟੀ ਦਾ ਤੇ ਕਿਹੜਾ ਬੀ ਆਇਆ, ਕੀ ਪੈਕਿੰਗ ਹੈ ਉਹਦੀ ਤੇ ਕੀ ਰੇਟ ਆ। ਨਹੀਂ ਤਾਂ ਮੇਰੀ ਬੇਨਤੀ ਹੈ ਮੇਰੇ ਕਿਸਾਨ ਵੀਰਾਂ ਨੂੰ ਕਿ ਤੁਸੀਂ ਕਿਸਾਨ ਮੇਲੇ ਤੇ ਜ਼ਰੂਰ ਆਓ, ਕਿਸਾਨ ਮੇਲੇ ਤੇ ਦੇਖੋ ਸਾਰੀਆਂ ਚੀਜ਼ਾਂ। ਜੇ ਆਪਾਂ ਸਪੈਸ਼ਲ ਇੱਕ ਚੀਜ਼ ਦਾ ਬੀ ਨਹੀਂ ਵੀ ਮਿਲੂਗਾ ਤਾਂ ਆਪਾਂ ਨੂੰ ਜ਼ਰੂਰ ਹੋਰ ਚੀਜ਼ਾਂ ਜ਼ਰੂਰ ਮਿਲ ਜਾਣਗੀਆਂ ਜਿਹੜੀਆਂ ਦੇ ਨਾਲ ਅਸੀਂ ਜਿਹੜਾ ਆਪਦੀ ਖੇਤੀਬਾੜੀ ਨੂੰ ਹੋਰ ਸੁਖਾਲਾ ਕਰ ਸਕਦੇ ਹਾਂ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਖੋਜਾਂ ਉਹ ਖੋਜਾਂ ਕਿਹੜੇ ਪਾਸੇ ਨੂੰ ਜਾ ਰਹੀਆਂ, ਕਿਹੜੀਆਂ ਨਵੀਆਂ ਟੈਕਨੋਲੋਜੀ ਆ ਰਹੀਆਂ, ਕਿਸ ਤਰੀਕੇ ਨਾਲ ਅਸੀਂ ਆਪਦੇ ਖਰਚਿਆਂ ਨੂੰ ਘਟਾ ਸਕਦੇ ਹਾਂ, ਇਹ ਸਾਰੇ ਮੁੱਦਿਆਂ ਦੇ ਉੱਤੇ ਬਹੁਤ ਅੱਛੇ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਆ ਹੋਊਗੀ। ਮੈਂ ਉਮੀਦ ਕਰਦਾ ਕਿ ਸਾਡੇ ਜਿਹੜੇ ਵੀਰ ਆ ਰਾਜਸਥਾਨ ਦੀ ਬੈਲਟ ਸਾਡੇ ਨਾਲ ਲੱਗਦੀ ਹੈ ਤਾਂ ਇਹ ਸਾਰੇ ਕਿਸਾਨ ਵੀਰ ਜਿਹੜਾ ਹਨੂੰਮਾਨਗੜ੍ਹ ਦਾ ਏਰੀਆ, ਸੰਘਰੀਏ ਦਾ ਏਰੀਆ ਜਾਂ ਗੰਗਾਨਗਰ ਦਾ ਏਰੀਆ, ਇਹ ਪਹਿਲਾਂ ਵੀ ਬਠਿੰਡੇ ਦੇ ਕਿਸਾਨ ਮੇਲਿਆਂ ਦੇ ਵਿੱਚ ਬਹੁਤ ਸਹੂਲੀਅਤ ਕਰਦੇ ਆ ਤੇ ਹੁਣ ਵੀ ਸਾਰਿਆਂ ਨੂੰ ਜਿੱਥੋਂ ਤੱਕ ਐਫ ਐਮ ਦੀ ਆਵਾਜ਼ ਜਾਂਦੀ ਹੈ, ਸਾਡੀ ਬੇਨਤੀ ਹੈ ਕਿ ਕੱਲ ਨੂੰ ਹਮਾ ਮਾ ਕੇ ਇਸ ਕਿਸਾਨ ਮੇਲੇ ਦੇ ਵਿੱਚ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਹੀ ਆਪਾਂ ਕਿਸਾਨ ਮੇਲੇ ਦਾ ਜਿਹੜਾ ਸਮਾਂ ਉਹ ਵੀ ਸਾਡੇ ਕਿਸਾਨ ਵੀਰਾਂ ਦੇ ਨਾਲ ਜ਼ਰੂਰ ਸਾਂਝਾ ਕਰ ਦਈਏ। ਕਿਸਾਨ ਮੇਲੇ ਦਾ ਜਿਹੜਾ ਸਾਡਾ ਸਮਾਂ, ਅਸੀਂ 10 ਵਜੇ ਤੋਂ ਜਿਹੜਾ ਹੈਗਾ ਉਹਦੀ ਸ਼ੁਰੂਆਤ ਹੋ ਜਾਣੀ ਹੈ, ਤਕਰੀਬਨ 9 ਵਜੇ ਸਾਡੀਆਂ ਸਟਾਲਾਂ ਰੈਡੀ ਹੋ ਜਾਂਦੀਆਂ, ਕਿਸਾਨ ਜਿਹੜੇ ਆ 9:15 ਆਉਣੇ ਸ਼ੁਰੂ ਹੋ ਜਾਂਦੇ ਆ। ਫਾਰਮਲੀ ਅਸੀਂ 10 ਵਜੇ ਜਿਹੜਾ ਹੈਗਾ ਸਾਡਾ ਟੈਕਨੀਕਲ ਸੈਸ਼ਨ ਆ ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ, ਤਕਰੀਬਨ 2:30 ਵਜੇ ਤੱਕ ਹੀ ਸਾਡਾ ਸੈਸ਼ਨ ਚੱਲਦੇ ਆ, ਐਗਜ਼ੀਬਿਸ਼ਨ ਸ਼ਾਮ ਤੱਕ 4-5 ਵਜੇ ਤੱਕ ਹੀ ਰਹਿੰਦੀ ਹੈ। ਤਕਰੀਬਨ 9 ਤੋਂ 5 ਦੇ ਦੌਰਾਨ ਤੁਸੀਂ ਜਦੋਂ ਵੀ ਤੁਹਾਡੇ ਕੋਲ ਫੁਰਸਤ ਹੈ ਤੁਸੀਂ 9:15-9:30 ਤੋਂ ਆਨਵਰਡ ਜਦੋਂ ਮਰਜ਼ੀ ਕਿਸਾਨ ਮੇਲੇ ਦੇ ਵਿੱਚ ਆਓ ਤੇ ਪਹਿਲ ਦੇ ਆਧਾਰ ਤੇ ਸਾਰੀਆਂ ਚੀਜ਼ਾਂ ਨੂੰ ਦੇਖੋ, ਖਰੀਦੋ ਤੇ ਚੰਗੇ ਜਿਹੜੇ ਹੈਗੇ ਆ ਸਾਡੇ ਜਿਹੜੀਆਂ ਖੋਜਾਂ ਦੇ ਰਿਜ਼ਲਟ ਹੈ ਜਾਂ ਸਾਡੇ ਐਕਸਪੈਂਸ਼ਨ ਦੀਆਂ ਪਬਲੀਕੇਸ਼ਨ ਦਾ ਸਾਡੀਆਂ ਕਿਤਾਬਾਂ ਸਾਡਾ ਲਿਟਰੇਚਰ ਆ ਸਾਡੇ ਮੈਗਜ਼ੀਨ ਹੈ ਉਹਨਾਂ ਨੂੰ ਖਰੀਦੋ ਤੇ ਘਰ ਦਾ ਇੱਕ ਤੁਸੀਂ ਜਿਹੜਾ ਹੈਗਾ ਆਪਦਾ ਗਹਿਣਾ ਬਣਾਓ, ਜਦੋਂ ਵੀ ਤੁਹਾਨੂੰ ਲੋੜ ਹੈ ਤੁਸੀਂ ਕੋਈ ਵੀ ਪੈਕੇਜ ਕੋਈ ਵੀ ਕਿਤਾਬ ਪੜ੍ਹ ਕੇ ਛੋਟੀ ਮੋਟੀ ਜਿਹੜੀ ਜਾਣਕਾਰੀ ਹੈ ਘਰੇ ਬੈਠੇ ਜਿਹੜੀ ਉਹ ਪ੍ਰਾਪਤ। ਜੀ ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਹਾਇਕ ਧੰਦਿਆਂ ਦੇ ਸੰਬੰਧ ਵਿੱਚ ਵੀ ਗੱਲਬਾਤ ਕਰ ਰਹੇ ਸੀ, ਉਸ ਦੇ ਨਾਲ ਹੀ ਅਸੀਂ ਕੱਲ ਨੂੰ ਲੱਗਣ ਜਾ ਰਹੇ ਕਿਸਾਨ ਮੇਲੇ ਦੇ ਸੰਬੰਧ ਵਿੱਚ ਵੀ ਵਿਸਥਾਰ ਪੂਰਵਕ ਜਾਣਕਾਰੀ ਹੈ ਜਿਹੜੀ ਉਹ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ, ਤੇ ਉਮੀਦ ਕਰਦੇ ਹਾਂ ਕਿ ਜਿਵੇਂ ਬਠਿੰਡਾ ਜ਼ਿਲ੍ਹਾ ਹੀ ਨਹੀਂ ਸਗੋਂ ਇਸ ਦੇ ਆਸੇ ਪਾਸੇ ਦੇ ਜ਼ਿਲ੍ਹੇ ਮਾਨਸਾ, ਫਰੀਦਕੋਟ, ਬਰਨਾਲਾ, ਇਹ ਸਾਰੇ ਜ਼ਿਲ੍ਹੇ ਵੀ ਇਕੱਠੇ ਹੋ ਕੇ ਸਾਡੇ ਕਿਸਾਨ ਵੀਰ ਹੈ ਜਿਹੜੇ ਉਹ ਹੁੰਮ ਹੁਮਾ ਕੇ ਪਹੁੰਚਣਗੇ ਤੇ ਇਸ ਕਿਸਾਨ ਮੇਲੇ ਦੇ ਵਿੱਚ ਹੋਰ ਵੀ ਰੌਣਕਾਂ ਜਿਹੜੀਆਂ ਉਹ ਲਾਉਣਗੇ। ਇਸ ਦੇ ਨਾਲ ਹੀ ਜੇਕਰ ਅਸੀਂ ਮੁੜ ਆਪਣੇ ਸਹਾਇਕ ਧੰਦਿਆਂ ਦੇ ਸਵਾਲ ਦੇ ਵੱਲ ਵਧੀਏ ਤਾਂ ਮੁਨਾਫਿਆਂ ਦੇ ਵਿੱਚ ਕੀ ਕੀ ਨੁਕਤੇ ਹੋ ਸਕਦੇ ਆ ਜਾਂ ਧੰਦੇ ਦੇ ਵਿੱਚ ਵਾਧਾ ਕਿਵੇਂ ਕੀਤਾ ਜਾ ਸਕਦਾ, ਇਸ ਗੱਲਬਾਤ ਦੇ ਨਾਲ ਜੁੜਾਂਗੇ। ਪਰ ਉਸ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਕੱਲ ਦੇ ਕਿਸਾਨ ਮੇਲੇ ਦੇ ਵਿੱਚ ਹੀ ਜਿਹੜੇ ਰਸਾਲੇ ਨੇ ਜਾਂ ਮੈਗਜ਼ੀਨ ਨੇ ਉਹ ਸਾਡੇ ਕਿਸਾਨ ਵੀਰ ਪ੍ਰਾਪਤ ਕਰ ਸਕਦੇ ਆ, ਤਾਂ ਇਹ ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਕਿਹੋ ਜਿਹੀਆਂ ਟ੍ਰੇਨਿੰਗਾਂ, ਕਿਹੋ ਜਿਹੇ ਰਸਾਲੇ ਤੇ ਕਿਹੋ ਜਿਹੇ ਮੈਗਜ਼ੀਨ ਆ ਜਿਨ੍ਹਾਂ ਦੀ ਚੋਣ ਸਾਡੇ ਕਿਸਾਨ ਵੀਰ ਕਰ ਸਕਦੇ ਆ। ਮੈਡਮ, ਕਿਉਂਕਿ ਹਰ ਚੀਜ਼ ਜਦੋਂ ਅਸੀਂ ਤੁਹਾਨੂੰ ਕੋਈ ਵੀ ਲੈਕਚਰ ਦਿੰਦੇ ਹਾਂ ਜਾਂ ਕੋਈ ਵੀ ਟ੍ਰੇਨਿੰਗ ਦਿੰਦੇ ਹਾਂ ਤਾਂ ਮਨੁੱਖ ਜਿਹੜਾ ਕੁਛ ਗੱਲਾਂ ਨੂੰ ਆਪਦੇ ਜਿਹੜਾ ਬ੍ਰੇਨ ਆ ਉਹਦੇ ਵਿੱਚ ਕੈਚ ਕਰ ਸਕਦਾ ਤੇ ਜ਼ਿਆਦਾਤਰ ਜਿਹੜੀਆਂ ਗੱਲਾਂ ਉਹ ਸਾਡੇ ਦਿਮਾਗ ਦੇ ਵਿੱਚੋਂ ਨਿਕਲ ਜਾਂਦੀਆਂ ਜਾਂ ਅਸੀਂ ਭੁੱਲ ਜਾਂਦੇ ਜਾਂ ਇਹ ਕਹਿ ਲਓ ਕਿ ਅੱਜ ਕੱਲ੍ਹ ਜਿਹੜਾ ਮਲਟੀਮੀਡੀਆ ਦਾ ਜ਼ਮਾਨਾ ਆ ਗਿਆ, ਇੰਟਰਨੈਟ ਦਾ ਜ਼ਮਾਨਾ ਆ ਗਿਆ ਜਾਂ ਜਿਹੜੇ ਆ ਵਾਈਫਾਈ ਫੋਨ ਆ ਗਏ ਆ, ਇਹਨਾਂ ਨੇ ਸਾਡੀ ਜਿਹੜੀ ਯਾਦ ਸ਼ਕਤੀ ਉਹਨੂੰ ਕਾਫੀ ਘਟਾਤਾ ਤਾਂ ਉਹਦਾ ਸਾਡੇ ਕੋਲ ਹੱਲ ਕੀ ਹੈ ਕਿ ਸਾਡੇ ਕੋਲ ਇੱਕ ਪ੍ਰਿੰਟਡ ਮਟੀਰੀਅਲ ਹੋਵੇ, ਕੋਈ ਕਿਤਾਬ ਹੋਵੇ, ਕੋਈ ਰਸਾਲਾ ਜਾਂ ਮੈਗਜ਼ੀਨ ਹੋਵੇ ਜਿਹਨੂੰ ਅਸੀਂ ਘਰੇ ਰੱਖ ਕੇ ਜਦੋਂ ਸਾਨੂੰ ਲੋੜ ਪੈਂਦੀ ਹੈ ਅਸੀਂ ਉਹਨੂੰ ਕੱਢ ਕੇ ਉਹਦੇ ਵਿੱਚੋਂ ਕੋਈ ਨਾ ਕੋਈ ਨੁਕਤਾ ਸਾਂਝਾ ਕਰ ਸਕੀਏ। ਉਹਦੇ ਚ ਜੇ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਤੇ ਹਾੜੀ ਪਸੌੜੀ ਦੀਆਂ ਸਾਡੀਆਂ ਫਸਲਾਂ ਦੀਆਂ ਕਿਤਾਬਾਂ, ਜੇ ਅਸੀਂ ਸਬਜ਼ੀਆਂ ਦੀ ਗੱਲ ਕਰਦੇ ਹਾਂ ਤਾਂ ਸਬਜ਼ੀਆਂ ਦੀਆਂ ਕਿਤਾਬਾਂ ਹੈਗੀਆਂ ਸਾਡੇ ਕੋਲ, ਫਲਾਂ ਦੀ ਜਾਂ ਬਾਗਬਾਨੀ ਦੀ ਗੱਲ ਕਰਦੇ ਤਾਂ ਉਹਦੀਆਂ ਕਿਤਾਬਾਂ ਹੈਗੀਆਂ। ਇਸੇ ਤਰੀਕੇ ਨਾਲ ਡੇਅਰੀ ਫਾਰਮ ਖੋਲਣਾ, ਪੋਲਟਰੀ ਫਾਰਮ ਖੋਲਣਾ, ਸੂਰਾਂ ਦਾ ਕੰਮ ਕਰਨਾ, ਖਰਗੋਸ਼ਾਂ ਦਾ ਕਰਨਾ, ਇਹਦੀਆਂ ਕਿਤਾਬਾਂ ਲਿਖੀਆਂ ਵੀ ਹੈਗੀਆਂ ਤਾਂ ਉਹਨਾਂ ਦਾ ਬੜਾ ਨੋਮੀਨਲ ਜਾਂ ਰੇਟ ਆ, ਘੱਟ ਖਰਚੇ ਤੇ ਅਸੀਂ ਤਿਆਰ ਕਰਦੇ ਹਾਂ ਤਾਂ ਜੇ ਤੁਸੀਂ ਉਹਨਾਂ ਕਿਤਾਬਾਂ ਨੂੰ ਥੋੜੇ ਜਿਹੇ ਪੈਸੇ ਖਰਚ ਕੇ 20-30-50-100 ਰੁਪਏ ਨਾਲ ਕਿਤਾਬ ਘਰੇ ਲਿਜਾ ਕੇ ਰੱਖ ਲੈਂਦੇ ਆ
ਤਾਂ ਤੁਸੀਂ ਜਦੋਂ ਲੋੜ ਹੈ ਉਹਦੇ ਵਿੱਚੋਂ ਕੋਈ ਵੀ ਚੀਜ਼। ਉਦਾਹਰਣ ਦੇ ਤੌਰ ਤੇ ਜੇ ਆਪਾਂ ਡੇਅਰੀ ਫਾਰਮ ਦੀ ਗੱਲ ਕਰਦੇ ਹਾਂ, ਡੇਅਰੀ ਦੀ ਕਿਤਾਬ ਹੈ, ਡੇਅਰੀ ਦੀ ਕਿਹੋ ਜਿਹੀ ਨਸਲ ਹੈ ਜੀ, ਕਿਹੜੀ ਖੁਰਾਕ ਅਸੀਂ ਪਾਉਣੀ ਹੈ, ਖੁਰਾਕ ਕਿਵੇਂ ਬਣਦੀ ਹੈ, ਦੁੱਧ ਕਿਵੇਂ ਪੈਦਾ ਹੁੰਦਾ, ਪਸ਼ੂਆਂ ਦੀਆਂ ਬੇਸਰੀਆਂ ਬਿਮਾਰੀਆਂ ਕਿਹੜੀਆਂ, ਕਿਹੜੇ ਲੱਛਣ ਹੈ। ਜਦੋਂ ਅਸੀਂ ਇੱਕ ਵਾਰੀ ਬਰੀਫ ਦੀਆਂ ਗੱਲਾਂ ਪੜ੍ਹ ਲੈਂਦੇ ਹਾਂ, ਪੰਜਾਬੀ ਚ ਵੀ ਅੰਗਰੇਜ਼ੀ ਚ ਵੀ, ਜੇ ਤੁਸੀਂ ਆਮ ਬੰਦਾ ਘਰੇ ਆਪਾਂ ਨਹੀਂ ਪੜ੍ਹ ਸਕਦੇ, ਬੱਚੇ ਪੜ੍ਹ ਸਕਦੇ, ਤਾਂ ਇਹੋ ਜਿਹੀ ਕਿਤਾਬ ਕੋਈ 20-30 ਹਜ਼ਾਰ ਰੁਪਏ ਦੀ ਘਰੇ ਪਈ ਹੋਵੇ ਤਾਂ ਜ਼ਰੂਰ ਮੈਨੂੰ ਲੱਗਦਾ ਕਿ ਜੇ ਡਰਾਇੰਗ ਰੂਮ ਦੇ ਵਿੱਚ ਜਾਂ ਡਾਇਨਿੰਗ ਟੇਬਲ ਦੇ ਉੱਤੇ ਕਿਤਾਬ ਪਈ ਹੈ ਤਾਂ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਉਹਨੂੰ ਲੱਗੂਗਾ। ਜਿਹਦਾ ਹੱਥ ਲੱਗੂਗਾ, ਜੇ 2 ਪੇਜ ਵੀ ਵਿੱਚੋਂ ਪੜ੍ਹ ਗਿਆ ਤਾਂ ਉਹਨੂੰ ਜ਼ਰੂਰ ਕੋਈ ਨਾ ਕੋਈ 2-4 ਗੱਲਾਂ ਇਹੋ ਜਿਹੇ ਨੁਕਤੇ ਸਾਹਮਣੇ ਆਉਣਗੇ ਜਿਨ੍ਹਾਂ ਨੂੰ ਅਪਣਾਉਣ ਦੇ ਨਾਲ ਉਹਦਾ ਫਾਇਦਾ ਹੋ ਜਾਊਗਾ। ਤਾਂ ਇਹੋ ਜਿਹੀਆਂ ਕਿਤਾਬਾਂ ਜ਼ਰੂਰ ਖਰੀਦੋ। ਕਿਤਾਬਾਂ ਨੂੰ ਪੜ੍ਹਨ ਦੀ ਪ੍ਰਵਿਰਤੀ ਆਪਦੇ ਆਪ ਚ ਵੀ ਬਣਾਓ, ਗਾਂ ਬੱਚਿਆਂ ਚ ਵੀ ਬਣਾਉਣ ਦੀ ਕੋਸ਼ਿਸ਼ ਕਰੋ। ਇਸੇ ਤਰੀਕੇ ਨਾਲ ਸਾਡੇ ਪੱਕੇ ਰਸਾਲੇ ਆ ਜਿਹਨੂੰ ਅਸੀਂ ਆਪਦੇ ਜਿਹੜੇ ਹੈਗੇ ਆ ਖੇਤੀ ਨਾਲ ਸੰਬੰਧਿਤ ਜਿਹੜੀ ਯੂਨੀਵਰਸਿਟੀ ਰਸਾਲੇ ਪੈਦਾ ਕਰਦੀ ਹੈ, ਜਿਹਨੂੰ ਅਸੀਂ ਪ੍ਰੋਗਰੈਸ ਫਾਰਮਿੰਗ ਕਹਿ ਦਿੰਦੇ ਹਾਂ ਜਾਂ ਜੰਗੀ ਖੇਤੀ ਕਹਿ ਦਿੰਦੇ ਹਾਂ, ਉਹਦੇ ਮੈਂਬਰ ਬਣ ਜਾਓ। ਉਹ ਲਗਾਤਾਰ ਮਹੀਨੇ ਵਾਈ ਤੁਹਾਡੇ ਘਰੇ ਹੀ ਆਈ ਜਾਣ। ਹੋਰ ਪ੍ਰਾਈਵੇਟ ਬਹੁਤ ਸਾਰੇ ਮੈਗਜ਼ੀਨ ਕੱਢਦੇ ਆ, ਉਹਨਾਂ ਚੋਂ ਕੋਈ ਆਪਦਾ ਲੈ ਲਓ ਪੜ੍ਹਨ ਵਾਸਤੇ, ਠੀਕ ਹੈ ਜੀ। ਇਹਦੇ ਨਾਲ ਜਿਵੇਂ ਹੁਣ FM ਦੇ ਪ੍ਰੋਗਰਾਮ ਆਉਣ, ਆਹ ਪ੍ਰੋਗਰਾਮ ਚੱਲੀ ਜਾਂਦਾ, ਇਹਨਾਂ ਦੇ ਵਿੱਚ ਆਪਦੀ ਸ਼ਮੂਲੀਅਤ ਕਰੋ, ਉਹਦੇ ਵਿੱਚੋਂ ਸੁਣ ਕੇ ਚੰਗੇ ਗੁਣ ਹਾਸਲ ਕਰਨ ਦੀ ਕੋਸ਼ਿਸ਼ ਕਰੋ, ਟ੍ਰੇਨਿੰਗਾਂ ਦੇ ਵਿੱਚ ਆਪਦਾ ਪਾਰਟ ਬਣਨ ਦੀ ਕੋਸ਼ਿਸ਼ ਕਰੋ। ਜਦੋਂ ਵੀ ਕਿਤੇ ਕੋਈ ਟ੍ਰੇਨਿੰਗ ਲੱਗਦੀ ਹੈ ਤੁਸੀਂ ਵੱਧ ਚੜ ਕੇ ਹਿੱਸਾ ਲਓ। ਜੇ ਬੇਸਿਕ ਟ੍ਰੇਨਿੰਗ ਲੈ ਲਈ, ਉਹ ਤੋਂ ਬਾਅਦ ਐਡਵਾਂਸ ਟ੍ਰੇਨਿੰਗਾਂ ਹੈਗੀਆਂ, ਉਸ ਤੋਂ ਬਾਅਦ ਹੋਰ ਐਡਵਾਂਸ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਆ ਜਾਂਦੀਆਂ, ਦਿੱਲੀ ਗੌਰਮੈਂਟ ਟ੍ਰੇਨਿੰਗਾਂ ਕਰਾਉਂਦੀ ਹੈ। ਜਿਵੇਂ ਜਿਵੇਂ ਤੁਸੀਂ ਇਹਦੇ ਵਿੱਚ ਅੱਗੇ ਦੀ ਅੱਗੇ ਤੁਰੇ ਜਾਓਗੇ, ਨਾਲ ਦੀ ਨਾਲ ਤੁਸੀਂ ਆਪਦੀ ਕਾਮਯਾਬੀ ਵੱਲ ਆਪਦੇ ਪੈਰਾਂ ਨੂੰ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼। ਜੀ, ਜਿਵੇਂ ਕਿ ਡਾਕਟਰ ਸਾਹਿਬ ਅਕਸਰ ਕਹਿੰਦੇ ਆ ਕਿ ਵਿਅਕਤੀ ਨੂੰ ਕਾਮਯਾਬ ਹੋਣ ਦੇ ਲਈ ਆਪਣੀ ਕੁੱਲ ਆਮਦਨ ਦਾ 10% ਹੈ ਜਿਹੜਾ ਉਹ ਜ਼ਰੂਰ ਸਿੱਖਣ ਦੇ ਉੱਪਰ ਖਰਚ ਕਰਨਾ ਚਾਹੀਦਾ। ਤੇ ਜਿਵੇਂ ਕਿ ਤੁਸੀਂ ਕਿਹਾ ਕਿ ਬੜੀ ਹੀ ਘੱਟ ਕੀਮਤ ਦੇ ਉੱਤੇ ਜਿਹੜੀਆਂ ਇਹ ਕਿਤਾਬਾਂ ਨੇ, ਇਹਨਾਂ ਨੂੰ ਕਿਸਾਨ ਵੀ ਘਰੇ ਲਿਜਾ ਕੇ ਰੱਖ ਸਕਦੇ ਆ ਤੇ ਕੁੱਝ ਨਾ ਕੁੱਝ ਚੰਗਾ ਜਿਹੜਾ ਉਹ ਜ਼ਰੂਰ ਇਹਨਾਂ ਦੇ ਵਿੱਚੋਂ ਗ੍ਰਹਿਣ ਕਰ ਸਕਦੇ ਆ। ਤੇ ਇਹ ਵੀ ਮੰਨਿਆ ਜਾਂਦਾ ਕਿ ਕਿਤਾਬਾਂ ਜਿਹੜੀਆਂ ਉਹ ਇਨਸਾਨ ਦਾ ਸਭ ਤੋਂ ਸੱਚਾ ਦੋਸਤ ਹੁੰਦੀਆਂ ਨੇ। ਤੇ ਉਮੀਦ ਕਰਾਂਗੇ ਕਿ ਕੱਲ ਦੇ ਕਿਸਾਨ ਮੇਲੇ ਦੇ ਵਿੱਚੋਂ ਕਿਸਾਨ ਵੀਰ ਅਜਿਹੀਆਂ ਚੀਜ਼ਾਂ ਨੂੰ ਜ਼ਰੂਰ ਆਪਣੇ ਘਰ ਲੈ ਕੇ ਜਾਣ ਦੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਜੇਕਰ ਚੰਦ ਸ਼ਬਦਾਂ ਦੇ ਵਿੱਚ ਅਸੀਂ ਮੁਨਾਫੇ ਦੀ ਗੱਲ ਕਰੀਏ ਤਾਂ ਜਿਹੜੇ ਸਹਾਇਕ ਧੰਦਿਆਂ ਦੇ ਉੱਤੋਂ ਅਸੀਂ ਮੁਨਾਫਾ ਕਮਾਉਣਾ, ਉਹਨਾਂ ਦੇ ਲਈ ਕੀ ਖਾਸ ਨੁਕਤੇ ਹੋਣਗੇ? ਮੈਡਮ, ਕਿਉਂਕਿ ਜਦੋਂ ਵੀ ਆਪਾਂ ਕੋਈ ਕੰਮ ਕਰਨਾ ਤਾਂ ਹਰੇਕ ਕੰਮ ਦੇ ਵਿੱਚ ਸਾਡਾ ਜਿਹੜਾ ਪਹਿਲ ਕਦਮੀ ਇੱਕੋ ਗਲਤੀ ਖੜ ਜਾਂਦੀ ਹੈ ਕਿ ਸਾਨੂੰ ਉਸ ਧੰਦੇ ਦੇ ਵਿੱਚੋਂ ਮੁਨਾਫਾ ਹੋ। ਕਿਉਂਕਿ ਜਿਹੜੀ ਖੇਤੀਬਾੜੀ ਹੈ ਇਹ ਇੱਕ ਪ੍ਰਚਲਿਤ ਧੰਦਾ ਜਿਹੜਾ ਕਿ ਜੱਦੀ ਪੁਸ਼ਤੀ ਸਾਡੇ ਮਾਂ ਪਿਓ ਤੋਂ ਸਾਡੇ ਕੋਲ ਆ ਗਿਆ, ਉਹਦੇ ਵਿੱਚ ਕਈ ਵਾਰੀ ਮੁਨਾਫਾ ਘੱਟ ਗਏ ਨਾ ਹੋਵੇ ਨੈਗੇਟਿਵ ਚਲਾ ਜਾਵੇ ਤਾਂ ਅਸੀਂ ਇਹ ਗੱਲ ਕਹਿ ਕੇ ਉਸ ਤੋਂ ਪੱਲਾ ਛਡਾ ਲੈਂਦੇ ਹਾਂ ਕਿ ਕੋਈ ਕੁਦਰਤੀ ਮਾਰ ਪੈ। ਪਰ ਸਹਾਇਕ ਧੰਦਾ ਅਸੀਂ ਨਰੋਲ ਆਪਦੀ ਆਮਦਨ ਨੂੰ ਵਧਾਉਣ ਵਾਸਤੇ ਕੀਤਾ, ਨਰੋਲ ਅਸੀਂ ਆਪਦੀ ਰੋਜ਼ਮਰਾ ਦੇ ਖਰਚਿਆਂ ਨੂੰ ਪੂਰਨ ਹੋਣ ਵਾਸਤੇ ਕੀਤਾ, ਤਾਂ ਇਹਦੇ ਵਿੱਚ ਤੁਹਾਡਾ ਜਿਹੜਾ ਮੁਨਾਫਾ ਉਹ ਹੋਣਾ ਅਟਲ ਸੱਚਾਈ। ਜੇ ਤੁਹਾਨੂੰ ਮੁਨਾਫਾ ਨਹੀਂ ਹੋ ਰਿਹਾ ਤਾਂ ਕਿਤੇ ਨਾ ਕਿਤੇ ਸਹਾਇਕ ਧੰਦੇ ਨੂੰ ਕਰਨ ਦੇ ਵਿੱਚ ਕੋਈ ਖਾਮੀ ਰਹਿ ਗਈ ਹੈ। ਉਸ ਵਾਸਤੇ ਸਭ ਤੋਂ ਪਹਿਲੀ ਗੱਲ ਕੀ ਹੈ ਕਿ ਭਾਵੇਂ ਉਹਦਾ ਲੈਵਲ ਛੋਟਾ ਚਾਹੇ ਉਹਦਾ ਲੈਵਲ ਵੱਡਾ, ਤੁਹਾਨੂੰ ਉਹਦਾ ਪ੍ਰੋਪਰ ਰਿਕਾਰਡ ਰੱਖਣਾ ਚਾਹੀਦਾ। ਸਭ ਤੋਂ ਪਹਿਲੀ ਗੱਲ ਤਾਂ ਕੰਮ ਨੂੰ ਛੋਟੇ ਲੈਵਲ ਤੋਂ ਕਰਨ ਦੀ ਕੋਸ਼ਿਸ਼ ਕਰੋ, ਨਾਲ ਦੀ ਨਾਲ ਵਹੀ ਖਾਤੇ ਲਾ ਕੇ। ਹੁਣ ਆਪਾਂ ਦੇਖਿਆ ਜਦੋਂ ਆਪਾਂ ਅੱਜ ਤੋਂ ਜੇ ਕੋਈ 20-30-40 ਸਾਲ ਪੁਰਾਣੀ ਗੱਲ ਕਰੀਏ ਤਾਂ ਜਦੋਂ ਵੀ ਅਸੀਂ ਆੜਤੀ ਕੋਲ ਜਾਂਦੇ ਸੀ ਉਹਦਾ ਵਹੀ ਖਾਤਾ ਲੱਗਾ ਕਰਦਾ, ਜਿਹਨੂੰ ਆਪਦੀ ਲਾਲ ਕਿਤਾਬ, ਉਹ ਲਾਲ ਕਿਤਾਬ ਦੇ ਵਿੱਚ ਪ੍ਰੋਪਰ ਐਂਟਰੀ ਪਾ ਕੇ ਉਹ ਅੱਗੇ ਚੱਲਦਾ ਸੀ। ਤਾਂ ਇਸ ਐਂਟਰੀ ਦਾ ਮਤਲਬ ਕੀ ਸੀ ਕਿ ਉਹ ਖੱਬੇ ਤੇ ਸੱਜੇ ਦਾ ਹਿਸਾਬ ਕਿਤਾਬ ਰੱਖਦਾ ਸੀ, ਆਇਆ ਆਰਾਮ ਤੇ ਗਿਆ ਆਰਾਮ। ਆਇਆ ਆਰਾਮ ਦਾ ਕੀ ਹੈ ਵੀ ਖਰਚਾ ਕੀ ਕੀਤਾ ਤੁਸੀਂ, ਗਿਆ ਆਰਾਮ ਦਾ ਕੀ ਆਮਦਨ ਕੀਤੀ। ਜੇ ਤੁਹਾਡੇ ਕੋਲੇ ਇਨਕਮ ਐਕਸਪੈਂਡੀਚਰ ਸਟੇਟਮੈਂਟ ਬਣ ਗਈ, ਬੈਲੈਂਸ ਸ਼ੀਟ ਨਿਕਲਿਆ ਜੀ, ਤੁਸੀਂ ਆਪਦੀਆਂ ਖਾਮੀਆਂ ਨੂੰ ਫੜ ਸਕਦੇ, ਤੁਹਾਡੇ ਤੋਂ ਆਪ ਤੋਂ ਨੀ ਫੜੀਆਂ ਜਾਂਦੀਆਂ, ਤੁਸੀਂ ਉਹ ਵਹੀ ਖਾਤੇ ਦੀ ਕਾਪੀ ਚੱਕ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਚ ਆ ਜਾਓ, ਸਾਡੇ ਸਹਿਯੋਗ ਦੇ ਨਾਲ ਤੁਸੀਂ ਉਹਦੇ ਚ ਦੇਖੋ ਕਿ ਆਮਦਨ ਜੇ ਵੱਧ ਰਹੀ ਹੈ ਤਾਂ ਬਹੁਤ ਵਧੀਆ ਗੱਲ ਹੈ, ਜੇ ਘੱਟਦੀ ਹੈ ਤਾਂ ਕੀ ਕਾਰਨ, ਤਾਂ ਜੋ ਕਿ ਆਉਣ ਵਾਲੇ ਸਮੇਂ ਚ ਅਸੀਂ ਉਹਨਾਂ ਘਾਟਾਂ ਨੂੰ ਪੂਰੀਆਂ ਕਰ ਸਕੀਏ ਤੇ ਆਪਦੀ ਆਮਦਨ ਦੇ ਵਿੱਚ ਵਾਧੇ ਵਾਸਤੇ ਆਪਦੇ ਆਪ ਨੂੰ ਤਿਆਰ ਕਰ ਸਕੀਏ। ਜੀ, ਤੇ ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਇਹਨਾਂ ਦੱਸੀਆਂ ਗਈਆਂ ਗੱਲਾਂ ਦੇ ਉੱਤੇ ਗੌਰ ਜ਼ਰੂਰ ਫਰਮਾਉਣਗੇ ਤੇ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਉਹਨਾਂ ਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਡਾਕਟਰ ਅਜੀਤਪਾਲ ਸਿੰਘ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਕਿਸਾਨ ਵੀਰਾਂ ਦੇ ਨਾਲ ਇਹ ਜ਼ਰੂਰੀ ਨੁਕਤੇ ਆ ਜਿਹੜੇ ਖਾਸ ਕਰਕੇ ਸਹਾਇਕ ਕਿੱਤਿਆਂ ਦੇ ਸੰਬੰਧ ਦੇ ਵਿੱਚ ਸਾਂਝੇ ਕੀਤੇ। ਤੁਹਾਡਾ ਬਹੁਤ ਬਹੁਤ ਧੰਨਵਾਦ।